ਸਵਾਗਤ ਹੈ ਜੀ ਤੁਹਾਡਾ ਮੁੜ ਤੋਂ ਰੇਡੀਓ ਵਰਸਾਇੰਸ ਜ਼ੈਡ 107 ਐਫਐਮ ਪ੍ਰੋਗਰਾਮ ਪੱਖ ਦੇ ਮਸਲੇ ਵਿੱਚ ਤੇ ਆਪਾਂ ਫਿਰ ਤੋਂ ਹਾਜ਼ਰ ਹਾਂ ਜੀ ਤੇ ਅਜੇ ਡੇਢ ਘੰਟਾ ਲਗਭਗ ਸਾਡੇ ਕੋਲ ਹੈਗਾ ਹੋਰ ਤੇ ਹੁਣ ਉਹ ਇੱਕ ਟਕਸਾਲੀ ਵੀ ਰਿਹਾ ਮੈਨੂੰ ਨਾਂ ਨਹੀਂ ਪਤਾ ਉਹਦਾ ਉਸੇ ਚੈਨਲ ਦੇ ਉੱਤੇ ਜਿਹੜਾ ਖਾਲਸਾ ਵੋਇਸ ਕਰਕੇ ਚੈਨਲ ਆ ਉਹਦੇ ਉੱਤੇ ਉਹਦੀ ਵੀਡੀਓ ਪਈ ਉਹ ਵੀ ਤਰਕ ਦੇ ਸੰਬੰਧ ਵਿੱਚ ਗੱਲ ਕਰਦਾ ਅਗਲੇ ਬੁੱਧਵਾਰ ਆਪਾਂ ਪਹਿਲਾਂ ਵੀ ਆਪਾਂ ਗੱਲ ਕਰਦੇ ਸੀ ਪਈ ਅਜਮੇਰ ਸਿੰਘ ਹੁਰਾਂ ਦੀ ਗੱਲ ਕਰਨੀ ਆ ਉਹ ਤੋਂ ਪਹਿਲਾਂ ਅਸੀਂ ਚਾਹੁੰਦੇ ਬਲਜਿੰਦਰ ਦਾ ਫੋਨ ਆਇਆ ਸੀ ਜੀ ਤੇ ਉਹਨਾਂ ਨੂੰ ਬੇਨਤੀ ਆ ਉਹ ਕਰ ਲੈਣ ਨਹੀਂ ਤਾਂ ਫਿਰ ਅਸੀਂ ਕਰਨ ਲੱਗੇ ਹਾਂ ਜੇ ਨਾ ਕੀਤਾ ਉਹਨਾਂ ਨੇ ਤੇ ਉਹ ਤੋਂ ਬਾਅਦ ਇੱਕ ਮਿਸ ਕਾਲ ਹੋਰ ਹੋਈ ਉਹ ਆ ਵਟਸਐਪ ਦੇ ਉੱਤੇ ਉਹ ਵੀ ਆਪਾਂ ਕੋਸ਼ਿਸ਼ ਕਰਕੇ ਦੇਖ ਲੈਂਦੇ ਹਾਂ ਉਹਨਾਂ ਨੂੰ ਕਰਕੇ ਪਰ ਪਹਿਲਾਂ ਬਲਜਿੰਦਰ ਸਿੰਘ ਨਾਲ ਗੱਲ ਕਰ ਲੈਂਦੇ ਹਾਂ ਜੇ ਉਹ ਚੱਕਦੇ ਆ ਤਾਂ ਤੇ ਉਹ ਤੋਂ ਬਾਅਦ ਫਿਰ ਟਕਸਾਲੀ ਵੀਰ ਦੀਆਂ ਜਿਹੜੀਆਂ ਦਲੀਲਾਂ ਆ ਉਹ ਸੁਣਾਂਗੇ ਆਪਾਂ ਦਲੀਲਾਂ ਕਾਹਦੀਆਂ ਆ ਜੀ ਬਸ ਇਹਨਾਂ ਦੇ ਰੋਣੇ ਆ ਤੇ ਉਹਨਾਂ ਦੇ ਨਾਲ ਵਿਚਾਰ ਕਰਦੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੈਲੋ ਹਾਂਜੀ ਅੱਜ ਅੰਗਰੇਜ਼ ਹੈ ਨੀ ਉਦਾਂ ਪਰ ਹੋਈ ਉਦਾਂ ਹੀ ਆ ਜਿੱਦਾਂ ਅੰਗਰੇਜ਼ ਕਰਦਾ ਹੁੰਦਾ ਹਾਂਜੀ ਹਾਂਜੀ ਦੱਸੋ ਹੁਣ ਹਾਂਜੀ ਮੈਂ ਕਿਹਾ ਜਿੱਦਾਂ ਅੰਗਰੇਜ਼ ਕਰਦਾ ਹੁੰਦਾ ਉਦਾਂ ਹੀ ਹੋਈ ਆ ਅੱਜ ਅੰਗਰੇਜ਼ ਭਾਵੇਂ ਹੈ ਨੀ ਇੱਥੇ ਅੰਗਰੇਜ਼ ਪੁੱਠਾ ਸਿੱਧਾ ਨੀ ਕਰ ਦਿੰਦਾ ਹੁੰਦਾ ਜਦੋਂ ਇੱਦਾਂ ਦੀ ਕਾਲ ਬਾਹਰੋਂ ਆਉਂਦੀ ਹੈ ਨਾ ਉਦੋਂ ਕਈ ਵਾਰੀ ਇਕਦਮ ਭਰੋਸਾ ਕਰਨਾ ਔਖਾ ਹੋ ਜਾਂਦਾ ਵੀ ਜਿੱਦਾਂ ਕਾਲ ਆਈ ਇੱਦਾਂ ਹੀ ਆ ਜਾਂ ਹੋਰ ਕਿਸੇ ਤਰ੍ਹਾਂ ਹਾਂਜੀ ਮੈਂ ਤਾਂ ਗੱਲ ਕਰਨੀ ਸੀਗੀ ਉਦੋਂ ਤੁਸੀਂ ਕਰਕੇ ਹਟੇ ਸੀ ਉਹਦੀ ਗੋਗੋ ਵਾਣੀ ਦੀ ਹਾਂਜੀ ਇੱਕ ਗੱਲ ਮੇਰੇ ਦਿਮਾਗ ਚ ਆਉਂਦੀ ਸੀ ਮੈਂ ਕਿਹਾ ਚੱਲ ਜਦੋਂ ਤੁਸੀਂ ਕਰ ਹਟੇ ਉਦੋਂ ਬਾਅਦ ਦੇਖ ਲੂੰਗਾ ਟਮਾ ਸਮਾਂ ਮਿਲਿਆ ਤਾਂ ਜਿਹੜੀ ਜਥੇਬੰਦੀ ਵਾਲੀ ਕਰਦਾ ਸੀਗਾ ਉਹ ਹਾਂਜੀ ਵੀ ਸਿੱਖ ਧਰਮ ਇੱਕ ਜਥੇਬੰਦਕ ਧਰਮ ਹੈ ਉਹ ਆਪਣੇ ਆਪ ਦੇ ਵਿੱਚ ਪਰਿਭਾਸ਼ਾ ਗਲਤ ਹੈ ਵੈਸੇ ਤਾਂ ਇਹ ਕੋਈ ਵੀ ਧਰਮ ਦੁਨੀਆਂ ਦਾ ਜਥੇਬੰਦਕ ਧਰਮ ਨਹੀਂ ਹੋ ਸਕਦਾ ਜਥੇਬੰਦੀ ਦਾ ਧਰਮ ਕਿੱਦਾਂ ਹੋ ਸਕਦਾ ਕੋਈ ਧਰਮ ਧਰਮ ਤਾਂ ਇੰਡੀਵਿਜੁਅਲ ਹੁੰਦਾ ਬੰਦੇ ਦਾ ਹਮੇਸ਼ਾ ਹੀ ਆਪਣਾ ਜਿਹੜਾ ਇਹ ਬੰਦੇ ਕੌਮ ਨੂੰ ਤੇ ਧਰਮ ਨੂੰ ਰਲ ਗੱਡ ਕਰੀ ਜਾਂਦੇ ਆ ਧਰਮ ਹੈਗਾ ਇੱਕ ਦੁਨੀਆ ਸੰਸਾਰ ਦੇ ਸ੍ਰਿਸ਼ਟੀ ਦੇ ਵਿੱਚ ਇੱਕ ਧਰਮ ਆ ਉਹ ਸਾਰਿਆਂ ਦਾ ਆਪੋ ਆਪਣਾ ਆ ਧਾਰਮਿਕ ਹੋਣਾ ਤਾਂ ਤੁਸੀਂ ਹਸਬੈਂਡ ਵਾਈਫ ਦੋਵੇਂ ਨਹੀਂ ਧਾਰਮਿਕ ਹੋ ਸਕਦੇ ਇੱਕ ਜਣੇ ਨੂੰ ਰੋਣਾ ਪੈਣਾ ਹੁਣ ਜੇ ਬੰਦਾ ਤਿਆਗੀ ਆ ਬੰਦਾ ਆਪ ਕੁਰਬਾਨੀ ਵਾਲਾ ਆਪ ਤੁਰਨਾ ਚਾਹੁੰਦਾ ਜ਼ਰੂਰੀ ਆ ਉਹਦੀ ਵਾਈਫ ਵੀ ਉਦਾਂ ਤੁਰੇ ਹੁਣ ਜੇ ਫਿਰ ਉਹ ਵਾਈਫ ਦੇ ਨਾਲ ਤੁਰਨਾ ਚਾਹੂਗਾ ਫਿਰ ਆਪ ਗਰਕੂਗਾ ਉਹ ਆਪਣੇ ਬੱਚਿਆਂ ਦੇ ਨਾਲ ਨਾਲ ਹੁਣ ਗੁਰੂ ਨਾਨਕ ਦੇਵ ਜੀ ਆਪਣੇ ਪਿਤਾ ਦੇ ਨਾਲ ਤੇ ਆਪਣੇ ਬੱਚਿਆਂ ਨਾਲ ਜਥੇਬੰਦਕ ਹੋ ਸਕੇ ਧਾਰਮਿਕ ਹੋ ਸਕੇ ਉਹ ਹੁਣ ਪੰਜਵੇਂ ਪਾਤਸ਼ਾਹ ਪ੍ਰਿਥੀ ਚੰਦ ਨਾਲ ਜਥੇਬੰਦਕ ਹੋ ਕੇ ਧਾਰਮਿਕ ਹੋ ਗਿਆ ਹੋ ਹੀ ਨੀ ਸਕਦਾ ਏਦਾਂ ਕੋਈ ਬੰਦਾ ਨੀ ਹੋ ਸਕਦਾ ਧਰਮ ਕਮਾਇਆ ਹੀ ਨੀ ਜਾ ਸਕਦਾ ਏਦਾਂ ਦੇਵ ਜੀ ਜਥੇਬੰਦੀ ਦੇ ਤੌਰ ਤੇ ਉੱਥੇ ਤਾਂ ਜਥੇਬੰਦੀ ਚਲਾਈ ਜਾ ਸਕਦੀ ਆਪਣੀ ਜਿਹੜੀ ਜੇ ਮੰਨ ਲਓ ਇਹ ਕਹਿੰਦਾ ਵੀ ਜਥੇਬੰਦੀ ਵੀ ਜਥੇਬੰਦੀ ਦੇ ਹਿਸਾਬ ਨਾਲ ਫੈਸਲੇ ਹੋਣੇ ਚਾਹੀਦੇ ਆ ਇੰਡੀਵਿਜੁਅਲ ਦੇ ਫੈਸਲੇ ਨੀ ਚੱਲਣੇ ਚਾਹੀਦੇ ਉਹ ਕਹਿਣਾ ਉੱਥੇ ਹੀ ਚਾਹ ਰਿਹਾ ਸੀਗਾ ਫਿਰ ਇਹ ਡਿਸਾਈਡ ਕੌਣ ਕਰੂਗਾ ਵੀ ਕਿਹੜੀ ਜਥੇਬੰਦੀ ਦੇ ਹਿਸਾਬ ਦੇ ਨਾਲ ਫੈਸਲੇ ਹੋਣੇ ਚਾਹੀਦੇ ਬਸ ਉਹੀ ਬਹੁ ਗਿਣਤੀ ਨਹੀਂ ਜੀ ਬਹੁ ਗਿਣਤੀ ਦੇ ਹਿਸਾਬ ਨਾਲ ਹੋਣੇ ਚਾਹੀਦੇ ਆ ਤਾਂ ਫਿਰ ਏਦਾਂ ਕਰ ਲੈਣੇ ਆ ਰਾਧਾ ਸਵਾਮੀਆਂ ਨੂੰ ਕਨਵਿੰਸ ਕਰ ਦਿੰਦੇ ਨੇ ਅਸੀਂ ਨਹੀਂ ਹਿੰਦੂਆਂ ਨਾਲੋਂ ਹਿੰਦੂਆਂ ਨਾਲੋਂ ਹੀ ਫਿਰ ਤਾਂ ਹਿੰਦੂਆਂ ਨਾਲੋਂ ਹੀ ਫਿਰ ਤਾਂ ਜਿਹੜਾ ਗੁਰੂ ਨਾਨਕ ਪਾਤਸ਼ਾਹ ਦੀ ਸਾਰੀ ਫਿਲੋਸਫੀ ਆ ਨਾ ਉਹਦੇ ਉੱਤੇ ਪਾਣੀ ਫਿਰਦਾ ਫਿਰ ਤਾਂ ਉਹਨਾਂ ਨੇ ਉੱਥੇ ਜਥੇਬੰਦਕ ਫੈਸਲਾ ਕੀਤਾ ਸੀ ਕਿ ਨਿੱਜੀ ਫੈਸਲਾ ਸੀ ਉਹਨਾਂ ਦਾ ਜਨੇਊ ਨਾ ਪਾਉਣਾ ਆਪਣੇ ਸੀ ਉਹਨਾਂ ਦਾ ਬਿਲਕੁਲ ਪਿਓਰਲੀ ਆਪਣਾ ਸੀਗਾ ਫਿਰ ਉਹੀ ਚੀਜ਼ ਜਿਹੜੀ ਮੈਂ ਦਿਮਾਗ ਚ ਆਉਂਦੀ ਸੀ ਵੀ ਇਹ ਤਾਂ ਬੜੇ ਬੰਦੇ ਕਿਉਂਕਿ ਹੁਣ ਜਦੋਂ ਸੋਚਦੇ ਆਪਣੇ ਦਿਮਾਗ ਦੇ ਵਿੱਚ ਜਥੇਬੰਦੀ ਮਤਲਬ ਟਕਸਾਲ ਰੱਖੀ ਹੋਈ ਆ ਉਹਨਾਂ ਨੇ ਫਿਰ ਸਾਰੀਆਂ ਸਟੇਟਮੈਂਟਾਂ ਟਕਸਾਲ ਨੂੰ ਪ੍ਰਮੋਟ ਕਰਨ ਵਾਲੀਆਂ ਦਿੰਦੇ ਆ ਜਿੰਨੀਆਂ ਵੀ ਦਿੰਦੇ ਆ ਇਹ ਬੰਦੇ ਤਾਂ ਫਿਰ ਇਸ ਕਰਕੇ ਉਹਨੂੰ ਇਹ ਗੱਲ ਕਹਿਣੀ ਪਈ ਆ ਵੀ ਜਥੇਬੰਦਕ ਧਰਮ ਹੈ ਇਕੱਲੇ ਬੰਦੇ ਦਾ ਨੀ ਕੀ ਗੱਲ ਭਾਈ ਰਣਜੀਤ ਸਿੰਘ ਜਥੇਬੰਦੀ ਨੀ ਵੀ ਉਹਦੀ ਮੰਨ ਲਓ ਤੁਸੀਂ ਜਥੇਬੰਦਕ ਧਰਮ ਉਹਨਾਂ ਦੀ ਵੀ ਜਥੇਬੰਦੀ ਹੈਗੀ ਇੱਕ ਆਪਣੀ ਇੱਕ ਨਹੀਂ ਉਹ ਜੇ ਆਪਾਂ ਟਕਸਾਲ ਨੂੰ ਨਾ ਵੀ ਮੰਨੀਏ ਨਾ ਜੇ ਅਸੀਂ ਇਹ ਵੀ ਕਹੀਏ ਵੀ ਜਿਹਨੂੰ ਇਹ ਪੰਥ ਕਹਿੰਦੇ ਆ ਅਕਾਲ ਤਖ਼ਤ ਸ਼੍ਰੋਮਣੀ ਜਾਣੀ ਅਕਾਲ ਤਖ਼ਤ ਮਹਾਨ ਕਹਿ ਰਹੇ ਆ
ਅਕਾਲ ਤਖ਼ਤ ਦਾ ਫੈਸਲਾ ਜੀ, ਪੰਥ ਦਾ ਫੈਸਲਾ, ਉਹ ਤੇ ਵੀ ਤਾਂ ਇਹਨਾਂ ਦਾ ਕਬਜ਼ਾ ਹੈ ਨਾ, ਉਹ ਤੇਰੇ ਨਾਲੇ ਪਾਸੇ ਇਹਨਾਂ ਨੂੰ ਸੂਟ ਕਰ ਰਹੀ ਗੱਲ ਉਹ, ਠੀਕ ਹੈ, ਬਿਲਕੁਲ। ਤਾਂ ਹੁਣ ਸਾਨੂੰ ਜਾਣੀ ਇਹ ਚੀਜ਼ਾਂ ਨੂੰ ਚਠਲਾਉਣ ਦੇ ਲਈ ਉਹਨਾਂ ਦੇ ਬਰਾਬਰ ਜਾਣੀ ਇੱਕ ਚੀਜ਼ ਤਾਂ ਇਹ ਆ, ਕਲੀਅਰ ਹੋਣੀ ਚਾਹੀਦੀ ਸਾਨੂੰ ਵੀ ਧਾਰਮਿਕ ਹੋਣਾ ਹੋਰ ਗੱਲ ਆ, ਸਿੱਖ ਹੋਣਾ ਹੋਰ ਗੱਲ ਆ। ਜ਼ਰੂਰੀ ਨਹੀਂ ਜਿਹੜਾ ਸਿੱਖ ਆ ਉਹ ਧਾਰਮਿਕ ਹੀ ਹੋਵੇ, ਜ਼ਰੂਰੀ ਨਹੀਂ ਜਿਹੜਾ 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 ਧਾਰਮਿਕ ਹੋਣਾ, ਧਾਰਮਿਕ ਹੋਣ ਵਾਲਾ ਹਰ ਬੰਦਾ ਸਿੱਖ ਹੋਵੇ, ਧਾਰਮਿਕ ਕੋਈ ਵੀ ਹੋ ਸਕਦਾ। ਉਹ ਤੁਹਾਨੂੰ ਉਹਦੇ ਲਈ ਕਰਨੇ ਲਈ ਜਾਣੀ ਉਹਦੇ ਉਹਦੇ ਉਸ ਰਾਹ ਤੇ ਤੁਰਨ ਲਈ ਤੁਹਾਨੂੰ ਧਾਰਮਿਕ ਹੋਣਾ ਸਾਰਿਆਂ ਦਾ ਨਿੱਜੀ ਆ, ਸਿੱਖ ਹੋਣਾ ਜਿਹੜਾ ਉਹ ਜਥੇਬੰਦਕ ਆ। ਤੁਸੀਂ ਇੱਕ ਸੋਚ ਵਾਲੇ ਬੰਦੇ ਰਲ ਜੋ, ਤੁਸੀਂ ਚਾਰ ਬੰਦਿਆਂ ਦੀ ਜਥੇਬੰਦੀ ਬਣ ਜੇ, ਪਰ ਉਹਦੇ ਨਾਲ ਤੁਸੀਂ ਇਹ ਨੀ ਕਹਿ ਸਕਦੇ ਵੀ ਇਹਦਾ ਆਹ ਧਰਮ ਬਣ ਗਿਆ। ਨਹੀਂ, ਹਾਂ ਹਾਂ, ਧਾਰਮਿਕ ਹੋਣਾ ਨਿੱਜੀ ਆ, ਉਹ ਕੱਲੇ ਕੱਲੇ ਦਾ ਆ, ਸਿੱਖ ਹੋਣਾ ਜਥੇਬੰਦਕ ਆ, ਕੌਮੀ ਕਾਰਜ ਆ ਸਾਡਾ ਸਿੱਖ ਹੋਣਾ ਜਿਹੜਾ। ਉਹਦੇ ਲਈ ਉਹ ਫੈਸਲਾ ਕਰਨਾ ਵੀ ਅਸੀਂ ਕਿਹੜੇ ਕਿਹੜੇ ਨਿਯਮ ਰੱਖਣੇ ਆ, ਉਹ ਉਹ ਉਸ ਵੇਲੇ ਜਾਣੀ ਗੁਰੂ ਨਾਨਕ ਪਾਤਸ਼ਾਹ ਵੇਲੇ ਹੋਰ ਸੀਗਾ, ਜਿਹੜੇ ਬੰਦੇ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਦੇ ਉਹਨਾਂ ਦੇ ਉਸ ਵੇਲੇ ਹਾਜ਼ਰ ਸੀ, ਸਾਰੇ ਸ਼ਾਮਿਲ ਸੀ, ਉਹ ਜ਼ਰੂਰੀ ਨਹੀਂ ਸਾਰੇ ਦੇ ਸਾਰੇ ਭਾਈ ਲੈਣਾ ਗੁਰੂ ਅੰਗਦ ਦੇਵ ਜੀ ਦੇ ਵੇਲੇ ਵੀ ਸ਼ਾਮਿਲ ਹੋਣ। ਉਦੋਂ ਨਿਯਮ ਬਦਲ ਗਏ, ਜਿਹੜੇ ਜਿਹੜੇ ਗੁਰੂ ਨਾਨਕ ਪਾਤਸ਼ਾਹ ਤੋਂ ਬਾਗੀ ਹੋ ਗਏ ਉਹ ਭਾਈ ਲਹਿਣਾ ਜੀ ਦੀ ਟੀਮ ਵਿੱਚ ਸ਼ਾਮਿਲ ਨਹੀਂ ਰਹੇ ਉਹ। ਹੁਣ ਪ੍ਰਿਥੀ ਚੰਦ ਚੌਥੇ ਪਾਤਸ਼ਾਹ ਦੇ ਵੇਲੇ ਤਾਂ ਹਾਜ਼ਰ ਆ, ਉਹਨਾਂ ਦੀ ਉਹਨਾਂ ਦੀ ਜਥੇਬੰਦੀ ਵਿੱਚ ਤਾਂ ਸ਼ਾਮਿਲ ਆ ਉਹ, ਪੰਜਵੇਂ ਪਾਤਸ਼ਾਹ ਵੇਲੇ ਨਹੀਂ ਹੈਗਾ ਉਹ। ਇੱਥੋਂ ਗੱਲ ਕਲੀਅਰ ਹੋ ਜਾਂਦੀ ਹੈ ਵੀ ਜਦੋਂ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਫੈਸਲਾ ਦਿੱਤਾ ਨਾ, ਜਿਹੜੀ ਜਿਹੜਾ ਧਰਮ ਦੀ ਵਿਆਖਿਆ ਦਾ ਜਾਂ ਉਹਨਾਂ ਨੂੰ ਦੇਖਣ ਦਾ, ਉਹ ਉਹਨਾਂ ਦਾ ਨਿੱਜੀ ਸੀਗਾ, ਉਸ ਫੈਸਲੇ ਨੂੰ ਪ੍ਰਚਾਰਿਆ, ਜਿਵੇਂ ਜਿਵੇਂ ਲੋਕਾਂ ਨੂੰ ਪਸੰਦ ਆਈ ਗਈ ਲੋਕੀ ਨਾਲ ਜੁੜੀ ਗਏ ਉਹਨਾਂ ਦੇ, ਪਰ ਪਹਿਲ ਹਮੇਸ਼ਾ ਸਿਧਾਂਤ ਨੂੰ ਰਹੀ ਆ ਉੱਥੇ। ਹਾਂ, ਜੇ ਸਿਧਾਂਤ ਤੋਂ ਬਾਕੀ ਪੁੱਤਰ ਵੀ ਆ ਤਾਂ ਵੀ ਕੱਢਤੇ ਬਾਹਰ ਉਹਨਾਂ ਨੇ, ਬਿਲਕੁਲ, ਉੱਥੇ ਜਥੇਬੰਦੀ ਨੂੰ ਪ੍ਰਧਾਨਤਾ ਨੀ। ਹੁਣ ਸਾਡਾ ਗਰੁੱਪ ਹੋ ਗਿਆ ਆਪਣੀ ਮਰਜ਼ੀ ਨਾਲ, ਆ ਸਾਡੇ ਵਾਲੇ ਵੀ ਹਾਹੀ ਰੌਲਾ ਪਾਉਣ ਲੱਗੇ ਹੋ ਸੀ ਨਾ, ਆਪਣੀ ਮਰਜ਼ੀ ਨਾਲ ਫੈਸਲਾ ਕਰਦੇ ਆ, ਠੀਕ ਆ, ਬਿਲਕੁਲ, ਜਿਹੜਾ ਸੂਟ ਕਰਦਾ ਇਹਨਾਂ ਨੂੰ, ਠੀਕ ਹੈ ਜੀ। ਚਲੋ, ਥੈਂਕ ਯੂ ਜੀ। ਤੇ ਆਪਣਾ ਇੱਕ ਫੋਨ ਹੋਰ ਆਇਆ ਸੀਗਾ ਜੀ, ਉਹ ਵੀ ਆਪਾਂ ਟਰਾਈ ਕਰਕੇ ਦੇਖ ਲੈਂਦੇ ਹਾਂ। ਯਾਦਵਿੰਦਰ ਸਿੰਘ, ਹਾਂਜੀ, ਜਿਨ੍ਹਾਂ ਨੂੰ ਇਹ ਜਾਲੀ ਲਖਵੀਰ ਸਿੰਘ ਕਿਹਾ ਜਾਂਦਾ, ਠੀਕ ਹੈ, ਤੇ ਉਹਨਾਂ ਨਾਲ ਗੱਲ ਕਰਕੇ ਦੇਖ ਕੇ, ਤਾਂ ਫਿਰ ਆਪਾਂ ਟਕਸਾਲੀ ਜਿਹੜੇ ਵੀਰ ਦੀ ਗੱਲ ਕਰਦੇ ਹਾਂ ਉਹਦੇ ਬਾਰੇ ਵਿਚਾਰ ਕਰਦੇ ਹਾਂ। ਹਾਂਜੀ, ਹੈਲੋ ਜੀ। ਹੈਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰੂ ਫਤਿਹ ਜੀ, ਆਉਣੇ ਰਹੋ ਜੀ, ਤੁਸੀਂ ਸਰੋਤੇ ਸੁਣ ਰਹੇ ਤੁਹਾਨੂੰ। ਠੀਕ ਹੈ ਜੀ, ਠੀਕ ਹੈ। ਤੇ ਮੈਂ ਗੱਲਬਾਤ ਕਰਨੀ ਸੀਗੀ ਆਪਣੇ ਜਿਹੜੇ ਹੈਗੇ ਆ ਜਾਗਰੂਕ ਇਹਦੇ ਧੁੰਦੇ ਤੇ ਪੰਥ ਫਰੀਦ ਦੇ ਚਾਪਲੂਸ ਆ, ਠੀਕ ਹੈ ਜੀ, ਉਹਨਾਂ ਬਾਰੇ ਜੀ। ਹਾਂਜੀ, ਜਿਹੜੇ ਬੰਦੇ ਕਹਿੰਦੇ ਅੰਗਰੇਜ਼ੀ ਨੀ ਆਉਂਦੀ ਜੀ ਇਹਨਾਂ ਨੂੰ, ਮਤਲਬ ਉਹਨਾਂ ਨੂੰ ਗੱਲ ਤਾਂ ਸਮਝ ਆਉਂਦੀ ਨੀ ਗੀ, ਫਿਰ ਇਹਨਾਂ ਨੇ ਗੱਲ ਕੀ ਜਿਹੜੀ ਤੁਸੀਂ ਉਦਾਹਰਨ ਦਿੰਦੇ ਹੁੰਦੇ ਨਾ ਉਹ ਕੋਚ ਵਾਲੀ ਵੀ ਰੀਕਨਸਿਡਰ ਯੂਅਰ ਗੋਲ, ਉਹ ਅੰਗਰੇਜ਼ੀ ਚ ਕਰਦੇ ਹੁੰਦੇ ਆ ਤੁਸੀਂ ਗੱਲ, ਇਹਨਾਂ ਨੂੰ ਮਤਲਬ ਹਜੇ ਤੱਕ ਸਮਝ ਨੀ ਆਈ, ਜਾਂ ਤਾਂ ਇਹਨਾਂ ਨੂੰ ਅੰਗਰੇਜ਼ੀ ਦੀ ਸਮਝ ਨੀ ਆਉਂਦੀ ਹੋਣੀ ਫਿਰ। ਆਉਂਦੀ ਅਸਲ ਚ ਨਾ, ਗੱਲ ਪਤਾ ਕੀ ਆ, ਜਦੋਂ ਨਾ ਤੁਸੀਂ ਜਿਹੜੀ ਜਿਹੜੀ ਵੀ ਗੱਲ ਦੇ ਨਾਲ ਕਮੀਨਗੀ ਜੁੜ ਜਾਊਗੀ, ਉਹ ਗੱਲ ਦੇ ਅਰਥ ਜਿਹੜੇ ਆ ਉਹ ਨੀ ਰਹਿ ਜਾਣੇ ਜਿਹੜੇ ਹੈਗੇ ਆ। ਹਾਂਜੀ ਹਾਂਜੀ, ਔਗਣ ਦੀ ਤੇ ਗੁਣਾਂ ਦੀ ਜਿਹੜੀ ਨਾ ਬਿਊਟੀ ਆ, ਜਿੱਦਾਂ ਹੁਣ ਤਿਆਗ ਆ, ਕੁਰਬਾਨੀ ਆ, ਸੰਤੋਖ ਆ, ਤੁਸੀਂ ਤੁਸੀਂ ਖਾਣਾ ਖਾਣ ਲੱਗੇ ਆ ਉਹਦੇ ਨਾਲ ਸੰਤੋਖ ਜੁੜ ਗਿਆ, ਜਦੋਂ ਹਾਂਜੀ ਉਹਦੇ ਤੁਸੀਂ ਸਾਰਿਆਂ ਨਾਲ ਸ਼ੇਅਰ ਕਰ ਲੈਣਾ ਉਹਨੂੰ, ਸਾਂਝੀ ਚੀਜ਼ ਤੁਹਾਡੇ ਕੋਲ ਆ ਗਈ ਜੀ, ਉਹਦੇ ਨਾਲ ਕਮੀਨਗੀ ਜੁੜ ਗਈ, ਤੁਸੀਂ ਉਹਨੇ ਰੇੜੀਆਂ ਵੰਡਣਾ ਹੋ ਜਾਣੀ। ਹਾਂਜੀ ਹਾਂਜੀ, ਜਿਹੜੀ ਨਾ ਜ਼ਿੰਦਗੀ ਆ ਉਹ ਉਹੀ ਰਹਿਣੀ ਆ, ਜਦੋਂ ਉਹਦੇ ਨਾਲ ਗੁਣ ਜੁੜਦੇ ਆ ਜਾਂ ਔਗੁਣ ਜੁੜਦੇ ਉਹਦੇ ਅਰਥ ਬਦਲ ਜਾਂਦੇ, ਨਜ਼ਰੀਆ ਤੁਹਾਡਾ ਉਹਦੇ ਨਾਲ ਬਦਲ ਜਾਂਦਾ। ਹਾਂਜੀ, ਹੁਣ ਉਹਦੇ ਚ ਕੀ ਹੋਣਾ ਆ ਵੀ ਜਦੋਂ ਉਹ ਕੰਮ ਤੁਸੀਂ ਆਪਣੇ ਲਈ ਕਰਨਾ ਆ, ਫਿਰ ਹੁਣ ਜਿੱਦਾਂ ਹੁਣ ਦੇਖੋ ਰੇੜੀਆਂ ਵੰਡਣ ਲੱਗਾ ਬੰਦਾ, ਜੇ ਉਹਦੇ ਨਾਲ ਪੱਖਪਾਤ ਜੁੜ ਗਿਆ, ਮਤਲਬ ਸਵਾਰਥੀ ਹੋਇਆ ਬੰਦਾ, ਹੁਣ ਇੱਕ ਡੋਂਗੇ ਚ ਇੱਕ ਡੱਬੇ ਚ ਰੇੜੀਆਂ ਪਾ ਕੇ ਬੈਠਾ ਆ, ਮਤਲਬ ਲੈਣ ਦੇ ਵਿੱਚ ਉਹਦਾ ਆਪਾਂ ਦੋ ਦੋ ਵੰਡ ਰਿਹਾ ਸਾਰੇ, ਮਤਲਬ ਦਸ ਦਸ ਵੰਡ ਰਿਹਾ ਸਾਰਿਆਂ ਨੂੰ।
ਹੁਣ ਜੇ ਲੈਣ ਦੇ ਵਿੱਚ ਉਹਦਾ ਆਪਣਾ ਬੰਦਾ ਆਊਗਾ ਉਦੋਂ ਦੱਸੇ ਦਊਗਾ ਉਹਨੂੰ ਜਿਹੜਾ ਸਵਾਰਥੀ ਬੰਦਾ ਪੱਖਪਾਤ ਜ਼ਿਆਦਾ ਦਊਗਾ ਹਨਾ ਜਦੋਂ ਵਿਰੋਧੀ ਦਾ ਬੰਦਾ ਆ ਗਿਆ ਉਹਨੂੰ ਦੱਸੇ ਦਊਗਾ ਘੱਟ ਦਊਗਾ ਉਹਨੂੰ ਘੱਟ ਦਊ ਬਸ ਠੀਕ ਆਹੀ ਹੁਣ ਆ ਜਿਹੜਾ ਇਹੀ ਕੁਛ ਨਿਯਮ ਉਹੀ ਆ ਜਦੋਂ ਆਪਣੇ ਬੰਦੇ ਤੇ ਲਾਉਣਾ ਹੋਰ ਤਰ੍ਹਾਂ ਲੱਗਦਾ ਜਦੋਂ ਵਿਰੋਧੀ ਤੇ ਲਾਉਣਾ ਹੋਰ ਤਰ੍ਹਾਂ ਲੱਗਦਾ ਨਹੀਂ ਮਤਲਬ ਇੰਗਲਿਸ਼ ਦਾ ਕੀ ਆ ਮਤਲਬ ਸਮਝ ਆ ਜਾਂਦੀ ਆ ਤੁਸੀਂ ਜਿੱਥੇ ਹੁਣ ਕੰਮ ਕਰਦੇ ਆ ਜਾਂ ਕਿਤੇ ਵੀ ਇੰਗਲਿਸ਼ ਦੀ ਲੋੜ ਪੈਂਦੀ ਆ ਇਹਨਾਂ ਨੂੰ ਫੋਨ ਕਰਦੇ ਤੁਸੀਂ ਵੀ ਬੋਲ ਕੇ ਜਾਇਓ ਆ ਕੇ ਨਹੀਂ ਉਹ ਤਾਂ ਨਾ ਜਿੰਨੀ ਲੋੜ ਆ ਮਤਲਬ ਕੰਮ ਚੱਲੀ ਜਾਂਦਾ ਠੀਕ ਆ ਤੁਸੀਂ ਕਿਹੜਾ ਆਈਲੈਟਸ ਦਾ ਪੇਪਰ ਦੇਣਾ ਹੁਣ ਨਹੀਂ ਨਹੀਂ ਚਲੋ ਏਦਾਂ ਕਰੋ ਇਹਨਾਂ ਨੂੰ ਕਹੋ ਭਾਈ ਜੇ ਅਸਲੇ ਨੇ ਆ ਨਾ ਔਨ ਏਅਰ ਫੋਨ ਕਰ ਲਓ ਆ ਜਾਓ ਅੰਗਰੇਜ਼ੀ ਚ ਗੱਲ ਕਰੀਏ ਮੈਂ ਕਹਿੰਦਾ ਨਾ ਘਰ ਜਿੱਥੇ ਘਰ ਜਿੱਥੇ ਬੈਠੇ ਹੋਏ ਨਾ ਉੱਥੇ ਨਚਾ ਦਊ ਇਹਨਾਂ ਨੂੰ ਜਾਣੀ ਆ ਜਾਓ ਅੰਗਰੇਜ਼ੀ ਚ ਕਰ ਲਓ ਮੇਰੇ ਨਾਲ ਵੈਸੇ ਵੀ ਇੰਗਲਿਸ਼ ਲੈਂਗੁਏਜ ਆ ਇਹਦੇ ਨਾਲ ਇੰਟੈਲੀਜੈਂਸੀ ਦਾ ਕੀ ਲੈਣਾ ਦੇਣਾ ਉਹ ਤਾਂ ਜਾਣੀ ਉਹ ਤਾਂ ਆਪਣਾ ਅਸਲ ਚ ਉਹ ਵਿਚਾਰੇ ਫਰਸਟ੍ਰੇਟ ਉਹਨਾਂ ਨੂੰ ਸਮਝ ਨਹੀਂ ਆ ਰਹੀ ਵੀ ਹੋਇਆ ਕੀ ਆ ਹਾਂਜੀ ਹਾਂਜੀ ਠੀਕ ਹੈ ਉਹਨਾਂ ਨੂੰ ਦੇਖੋ ਜਦੋਂ ਕਹਿੰਦੇ ਨਾ ਵੀ ਜਿਹੜਾ ਦੇਖੋ ਬੰਦੇ ਸੁਣਨ ਵਾਲੇ ਨੀ ਹੈਗੇ ਸਾਨੂੰ ਹਾਂਜੀ ਜਿਹੜੇ ਦੋ ਚਾਰ ਹੈਗੇ ਆ ਉਹ ਚਾਪਲੂਸ ਆ ਉਹਨਾਂ ਨੂੰ ਅਕਲ ਨੀ ਹੈਗੀ ਨਹੀਂ ਉਹ ਚਾਪਲੂਸ ਨੀ ਉਹ ਕਹਿੰਦੇ ਭੇਡਾਂ ਭੇਡਾਂ ਦੇ ਵੀ ਮੈਨੂੰ ਐ ਨੀ ਸਮਝ ਆਈ ਵੀ ਭੇਡਾਂ ਮਤਲਬ ਉਹਨਾਂ ਦੇ ਚਾਰ ਲੱਤਾਂ ਜਾਂ ਉੱਨ ਲੈਣ ਲੱਗ ਗਈ ਉਹਨਾਂ ਦੇ ਜਿਹੜੀ ਗੱਲ ਤੁਸੀਂ ਮਤਲਬ ਕਰਨੀ ਆ ਮਤਲਬ ਭੇਡਾਂ ਜਿਹਨਾਂ ਨੂੰ ਕਹਿ ਰਹੇ ਆ ਤੁਸੀਂ ਉਦਾਹਰਨ ਦਿਓ ਵੀ ਆਹ ਇਹਨਾਂ ਨੇ ਪੋਸਟ ਲਿਖੀ ਆ ਆਹ ਪੋਸਟ ਦੀ ਕੋਈ ਸੈਂਸ ਨੀ ਬਣਦੀ ਸਿਰਫ ਹਰਨੇਕ ਸਿੰਘ ਦੀ ਸਪੋਰਟ ਕਰਨ ਨੂੰ ਇਹਨਾਂ ਨੇ ਲਿਖੀ ਆ ਮਤਲਬ ਦਿਮਾਗ ਵਾਲੀ ਉਹਦੇ ਚ ਕੋਈ ਗੱਲ ਨੀ ਆਪਦੇ ਦਿਮਾਗ ਨਾਲ ਸੋਚ ਕੇ ਨੀ ਲਿਖੀ ਨਹੀਂ ਉਹਨਾਂ ਨੂੰ ਮੁਸ਼ਕਲ ਇਹ ਉਹਨਾਂ ਨੂੰ ਮੁਸ਼ਕਲ ਇਹ ਆ ਵੀ ਸਾਰਾ ਕੰਮ ਇੱਕ ਲੜੀ ਵਿੱਚ ਹੋ ਰਿਹਾ ਆ ਹਾਂਜੀ ਹਾਂਜੀ ਉਹ ਨੀ ਚੱਲਿਆ ਜਾ ਰਿਹਾ ਉਹਨਾਂ ਤੋਂ ਹਾਂਜੀ ਹਾਂਜੀ ਹੁਣ ਅੱਛਾ ਵਿਰਤੀ ਆ ਨਾ ਮਤਲਬ ਅਕਲ ਨੀ ਹੈਗੀ ਦੇਖਾ ਦੇਖੀ ਕਰਦੇ ਆ ਜਿਹੜੇ ਯੂਟਿਊਬ ਦੇ ਸਬਸਕ੍ਰਾਈਬ ਆ ਉਹ ਪੈਸੇ ਦੇ ਕੇ ਕਰਵਾਏ ਆ ਵਿਊ ਆ ਜਿਹੜੇ ਲਾਈਕ ਆ ਜਿਹੜੇ ਉਹ ਸਾਰੇ ਪੈਸੇ ਦੇ ਕੇ ਕਰਵਾ ਰਹੇ ਅਸੀਂ ਤੇ ਗੱਲਾਂ ਚ ਹੈ ਨੀ ਕੋਈ ਤਰਕ ਕੋਈ ਨੀ ਹੈਗਾ ਠੀਕ ਆ ਸਿਰਫ ਜਿਹੜਾ ਝੂਠ ਆ ਝੂਠ ਜਿਹੜਾ ਆ ਉਹ ਜ਼ੋਰਦਾਰ ਤਰੀਕੇ ਨਾਲ ਬੋਲਿਆ ਜਾ ਰਿਹਾ ਵੀ ਸੱਚ ਲੱਗੇ ਲੋਕਾਂ ਨੂੰ ਠੀਕ ਆ ਲੋਕਾਂ ਨੂੰ ਸਾਰਾ ਪਤਾ ਆ ਕੋਈ ਪਸੰਦ ਨਹੀਂ ਕਰਦਾ ਪ੍ਰਚਾਰਕ ਜਾਣੀ ਸਿੱਖ ਜਗਤ ਦੇ ਜਿੰਨੇ ਵਧੀਆ ਪ੍ਰਚਾਰਕ ਆ ਉਹ ਚੰਗੀ ਤਰ੍ਹਾਂ ਜਾਣਦੇ ਪਏ ਹਰੇਕ ਕਮੀਣਾ ਬੰਦਾ ਆ ਠੀਕ ਹੈ ਨਾ ਅੱਛਾ ਜੇ ਇੰਨਾ ਕੁਛ ਆ ਫਿਰ ਤੁਹਾਨੂੰ ਫਿਕਰ ਕਾਹਦੇ ਪੈ ਗਿਆ ਪੰਥਪ੍ਰੀਤ ਆਪਣੇ ਮੁੰਡੇ ਦੇ ਮੀਟ ਖਾਣ ਤੋਂ ਗੁੱਸੇ ਹੋ ਕੇ ਪ੍ਰਭਦੀਪ ਦੇ ਰੇਡੀਓ ਤੇ ਜਾ ਕੇ ਬੋਲ ਸਕਦਾ ਹਾਂਜੀ ਤੇ ਸਾਡੀਆਂ ਬਾਕੀ ਕਮੀਣੀਆਂ ਬਾਰੇ ਕਿਉਂ ਨੀ ਬੋਲਦਾ ਉਹ ਨਹੀਂ ਨਹੀਂ ਉੱਥੇ ਵੀ ਕਹਿੰਦੇ ਨਾ ਮਤਲਬ ਘਰ ਦੀ ਜਾਣਕਾਰੀ ਨੂੰ ਵਰਤਣਾ ਤਾਂ ਬਹੁਤ ਜਿਹੜਾ ਹੈਗਾ ਕੁੱਤ ਪੁਣਾ ਜਿਹੜੀ ਮੇਰੇ ਬਾਰੇ ਜਿਹੜਾ ਮੇਰੇ ਬਾਰੇ ਲਿਖਿਆ ਤੁਸੀਂ ਉਹੀ ਗੱਲ ਵੀ ਆਪਦਾ ਟਾਈਮ ਭੁੱਲ ਗਏ ਕਿਹੜਾ ਦਿਮਾਗ ਕਿਵੇਂ ਕੰਮ ਕਰਦਾ ਮੈਂ ਸੋਚਦਾ ਸੀ ਇਹਨਾਂ ਬੰਦਿਆਂ ਦਾ ਵੀ ਕਨਸੈਪਟ ਕੀ ਹੁੰਦਾ ਸੰਦਰਭ ਕੀ ਹੁੰਦਾ ਉਹ ਤਾਂ ਮਤਲਬ ਪਤਾ ਹੀ ਨੀ ਇਹਨਾਂ ਬੰਦਿਆਂ ਨੂੰ ਹੁਣ ਜਿਹੜੀ ਤੁਸੀਂ ਸ਼ਰਾਬ ਵਾਲੀ ਉਦਾਹਰਨ ਦਿੱਤੀ ਸੀਗੀ ਆਹੋ ਵੀ ਜਦੋਂ ਤੁਸੀਂ ਟੀਮ ਚ ਕੰਮ ਕਰਨਾ ਨਾ ਮੰਨ ਲਓ ਕੋਈ ਵਿਰੋਧੀ ਤੁਹਾਨੂੰ ਆ ਕੇ ਕਹਿੰਦਾ ਵੀ ਤੁਹਾਡਾ ਬੰਦਾ ਸ਼ਰਾਬ ਪੀਂਦਾ ਮੈਂ ਵੇਖਿਆ ਤਾਂ ਉਹਨੂੰ ਕਹੋ ਵੀ ਤੂੰ ਆਪਦਾ ਕੰਮ ਕਰ ਸਾਡਾ ਬੰਦਾ ਅਸੀਂ ਆਪੇ ਦੇਖ ਲਾਂਗੇ ਹਾਂ ਅਸੀਂ ਮੈਂ ਤਾਂ ਇੱਥੇ ਤੱਕਿਆ ਸੀ ਮੈਂ ਕਿਹਾ ਅਸੀਂ ਇਹ ਕਹਿ ਦਈਏ ਵੀ ਭਾਈ ਉਹਨੂੰ ਅਸੀਂ ਭੇਜਿਆ ਲੈਣ ਹਾਂਜੀ ਉਹਨੇ ਲੈ ਕੇ ਆਉਣੀ ਤੇ ਅਸੀਂ ਇਕੱਠਿਆਂ ਨੇ ਪੀਣੀ ਆ ਤੂੰ ਕੰਮ ਕਰ ਜਾ ਕੇ ਆਪਣਾ ਠੀਕ ਹੈ ਨਾ ਪਰ ਇੱਥੇ ਗੱਲ ਪੂਰੀ ਨਹੀਂ ਸੀ ਹੋ ਗਈ ਨਾਲ ਗੱਲ ਇਹ ਸੀ ਵੀ ਅਗਲੇ ਨੂੰ ਇਹ ਜਵਾਬ ਦੇ ਦਿਓ ਪਰ ਜਦੋਂ ਬੰਦਾ ਆਊਗਾ ਆਪਣੀ ਟੀਮ ਦੇ ਵਿੱਚ ਬਿਠਾਲ ਕੇ ਉਹਨੂੰ ਪੁੱਛ ਲਓ ਵੀ ਭਾਈ ਸਾਡੇ ਕੋਲ ਆਹ ਗੱਲ ਪਹੁੰਚੀ ਆ ਇਹਦੇ ਬਾਰੇ ਸਾਨੂੰ ਦੱਸ ਦੇ ਟੀਮ ਲਈ ਤੁਹਾਡੇ ਜ਼ਰੂਰੀ ਆ ਇਹ ਹਾਂਜੀ ਜਿਹੜਾ ਵਿਰੋਧੀ ਆ ਜਿਹੜਾ ਬਾਹਰੋਂ ਬੰਦਾ ਆ ਕੇ ਨਾ ਕਿਸੇ ਬੰਦੇ ਦੀ ਚੁਗਲੀ ਕਰਕੇ ਸੰਨ ਲਾਉਣੀ ਚਾਹੁੰਦਾ ਉਹਨੂੰ ਦਰਕਾਰ ਕੇ ਪਰੇ ਸਿੱਟੋ ਪਹਿਲਾਂ ਹਾਂਜੀ ਹਾਂਜੀ
ਨਹੀਂ ਉਹ ਤਾਂ ਕਨਸੈਪਟ ਆਪਾਂ ਤਾਂ ਸਮਝਦੇ ਆ ਨਾ ਉਸ ਗੱਲ ਨੂੰ, ਮਤਲਬ ਦੋ ਵਾਰੀ ਜਦੋਂ ਮੈਂ ਸੁਣਿਆ ਪ੍ਰੋਗਰਾਮ, ਕਿੰਨੇ ਵਾਰੀ ਉਦਾਹਰਨ ਦਿੱਤੀ ਆ ਇਹ, ਦੋ ਵਾਰੀ ਆਈ ਆ, ਇੱਕ ਤਾਂ ਤੁਸੀਂ ਇਹਦੇ ਵਿੱਚ ਦਿੱਤੀ ਸੀਗੀ ਵੀ ਮਤਲਬ ਆਪਣਾ ਬੰਦਾ ਜਿਹਦਾ ਟੀਮ ਵਰਕ ਜਿਹੜਾ ਆਪਣੇ ਵਿੱਚ ਹੋਣਾ ਚਾਹੀਦਾ, ਵਿਰੋਧੀ ਨੂੰ ਤੁਸੀਂ ਭਾਰਾ ਨੀ ਕਰਨਾ ਉੱਥੇ ਜਦੋਂ ਤੁਹਾਨੂੰ ਫਾਇਦਾ ਲੈਣਾ ਚਾਹੁੰਦਾ ਉਹਦੇ ਵਿੱਚ ਆ ਕੇ ਕਿਸੇ ਮਤਲਬ ਬੰਦੇ ਨੂੰ ਕਮਜ਼ੋਰੀ ਫੜ ਕੇ ਕੋਈ। ਤੇ ਦੂਜੀ ਗੱਲ ਤੁਸੀਂ ਕੀਤੀ ਸੀਗੀ ਵੀ ਜਿਹੜੀ ਮਤਲਬ ਸ਼ਰਾਬ, ਕੋਈ ਬੰਦਾ ਅਫਵਾਹ ਉਡਾ ਦਿੰਦਾ ਕਿਸੇ ਬਾਰੇ ਵੀ ਮਤਲਬ ਸ਼ਰਾਬ ਮੰਨ ਲਓ ਦੇਖਿਆ ਠੇਕੇ ਤੇ ਜਾਂਦਾ ਦੇਖਿਆ, ਮਤਲਬ ਤੁਹਾਨੂੰ ਉਦੋਂ ਉਦੋਂ ਬਾਅਦ ਦੋ ਤਿੰਨ ਦਿਨਾਂ ਚ ਉਹਨੇ ਇੰਨੀ ਫੈਲ ਜਾਣਾ ਜਦੋਂ ਤੁਸੀਂ ਜਵਾਬ ਦੇਣਾ ਉਹਦਾ ਅਫਵਾਹ ਦਾ, ਤਾਂ ਉਹ ਸਫਾਈ ਦੇਣ ਦੀ ਤੁਹਾਨੂੰ ਕੋਈ ਲੋੜ ਨੀ, ਕਿਉਂਕਿ ਉਹ ਜਿੰਨਾ ਅਸਰ ਉਹਨੇ ਕਰਨਾ ਹੁੰਦਾ ਉਹ ਕਰ ਚੁੱਕੀ ਹੁੰਦੀ ਆ ਓਨੇ ਚਿਰ ਦੇ ਵਿੱਚ, ਨੁਕਸਾਨ ਹੋ ਚੁੱਕਾ ਹੋਣਾ ਹੁੰਦਾ। ਹਾਂਜੀ ਹਾਂਜੀ, ਦੂਜੀ ਤੁਸੀਂ ਉਦਾਹਰਨ ਇਹਦੇ ਵਿੱਚ ਦਿੱਤੀ ਸੀ, ਹੁਣ ਉਹ ਗੱਲ ਨੂੰ ਕੱਢ ਲੈਣਾ ਵਿੱਚੋਂ ਵੀ ਇਹ ਤਾਂ ਕਹਿੰਦੇ ਵੀ ਸ਼ਰਾਬ ਪੀਂਦਾ ਤਾਂ ਵੀ ਕੋਈ ਚੱਕਰ ਨੀ, ਕੋਈ ਗੱਲ ਜਿਵੇਂ ਪ੍ਰਚਾਰਕ ਗੁਰਬਾਣੀ ਵਰਤਦੇ ਆ ਨਾ ਵਿਚੋਂ ਇੱਕ ਪੰਕਤੀ ਕੱਢ ਲੈਂਦੇ ਆ ਆਪਦੇ ਮਰਜ਼ੀ ਦੀ, ਜਿਵੇਂ ਉਹ ਪੰਥਪ੍ਰੀਤ ਨੇ ਹਰਾਮਖੋਰ ਸ਼ਬਦ ਨੂੰ ਵੀ ਜਸਟੀਫਾਈ ਕਰਤਾ, ਗੁਰੂ ਸਾਹਿਬ ਨੇ ਇਹ ਕਿਹਾ ਸੀਗਾ ਵੀ ਉੱਥੇ ਜਦੋਂ ਆਪਦੇ ਮੁੰਡੇ ਦੀ ਸਫਾਈ ਦੇਣ ਜਾਏਗਾ ਤੂੰ ਉਦੋਂ ਵਰਤ ਲਈ ਇਹ। ਹਾਂ ਉਹ ਜਿਹੜਾ ਮਤਲਬ ਕਨਸੈਪਟ ਗੁਰਬਾਣੀ ਦੇ ਵਿੱਚ ਚੱਲ ਰਿਹਾ ਉਹਦਾ ਥੋੜਾ ਲੈਣ ਦੇਣ ਉਹਦੇ ਮੀਟ ਖਾਣ ਨਾਲ ਕੋਈ ਨਾ ਨਾ ਨਾ। ਹਾਂਜੀ ਹਾਂਜੀ, ਮਰਜ਼ੀ ਨਾਲ ਮਤਲਬ ਗੱਲ ਵਿੱਚੋਂ ਚੱਕ ਲੈਣੀ ਹੈ ਤੇ ਮੁੜ ਕੇ ਨਹੀਂ, ਬਸ ਉਹੀ ਉਹੀ ਤਾਂ ਜਿਹੜਾ ਨਾ ਅਸੀਂ ਉਹ ਗੱਲ ਕਰਦੇ ਸੀ ਵੀ ਕਪੂਰ ਕਹਿੰਦਾ ਗੱਲਾਂ ਗਿਆਨ ਨਹੀਂ ਲੈਣਾ ਹੁੰਦਾ, ਤੁਸੀਂ ਨਾਲ ਅਗਿਆਨਤਾ ਛੱਡਣੀ ਵੀ ਹੁੰਦੀ ਆ। ਬਸ ਉਹ ਇਹ ਬੰਦੇ ਜਿਹੜਾ ਨਾ ਜਿਹੜੀ ਕਮੀਣਗੀ ਆ, ਹੇਰਾ ਫੇਰੀ ਆ, ਨਾਲ ਆਪਣਾ ਜਿਹੜੀ ਸਵਾਰਥੀ ਬਿਰਤੀ ਆ, ਅਕ੍ਰਿਤ ਘਣਤਾ ਆ, ਜਿਹੜਾ ਲਾਹਾ ਲੈਣ ਦੀ ਬਿਰਤੀ ਆ, ਉਹ ਛੱਡ ਨਹੀਂ ਰਹੇ ਤੇ ਉੱਤਿਓਂ ਉਹਨੂੰ ਲੁਕਾਉਣਾ ਕਿੱਦਾਂ ਆ, ਉਹਦੇ ਲਈ ਗਿਆਨ ਲੈ ਰਹੇ ਆ। ਤੁਹਾਡੇ ਅੰਦਰ ਜਿਹੜਾ ਡਰ ਆ, ਚਾਹੀਦਾ ਤਾਂ ਇਹ ਆ ਵੀ ਡਰ ਨੂੰ ਛੱਡੋ, ਪਰ ਉਹ ਡਰ ਕਿਤੇ ਦੁਨੀਆ ਨੂੰ ਪਤਾ ਨਾ ਲੱਗ ਜਾਏ, ਉਹਨੂੰ ਕਾਬੂ ਕਰਨ ਦੇ, ਉਹਨੂੰ ਲੁਕਾਉਣ ਦੇ ਲਈ ਗੁਰਬਾਣੀ ਦੀਆਂ ਪੰਕਤੀਆਂ ਲੱਭ ਲੈਣੀਆਂ, ਵੀ ਉਹ ਉੱਚੀ ਉੱਚੀ ਬਾਹਾਂ ਕਰਕੇ ਸੁਣਾ ਦਿਓ ਲੋਕਾਂ ਨੂੰ। ਹਾਂਜੀ ਹਾਂਜੀ ਹਾਂਜੀ, ਫਿਰ ਇਤਿਹਾਸ ਦੇ ਚੈਪਟਰ ਆ ਉਹ ਕਰ ਦਿਓ ਲਾਗੂ ਲੋਕਾਂ ਤੇ। ਹਾਂਜੀ, ਬਾਕੀ ਤਾਂ ਨਹੀਂ ਵਧੀਆ ਆ ਜੀ ਸਾਡੇ ਲਈ, ਤਾਂ ਸਾਡੇ ਲਈ ਬਹੁਤ ਵਧੀਆ ਹੋ ਰਿਹਾ, ਬਹੁਤ ਸੋਹਣਾ ਹੋ ਰਿਹਾ। ਵੈਸੇ ਵੀ ਨਾ ਵੀਰਾ ਇੱਕ ਚੀਜ਼ ਹੋ ਰਿਹਾ ਹੁਣ, ਮੈਂ ਕਹਿੰਦਾ ਸਾਨੂੰ ਨਾਲ ਦੀ ਨਾਲ ਨਾ ਜਿਹੜਾ ਕ੍ਰਿਟਿਸਿਜ਼ਮ ਬਰਦਾਸ਼ਤ ਕਰਨ ਦੀ ਹਿੰਮਤ ਆ ਉਹ ਵੀ ਪਾਲਣੀ ਚਾਹੀਦੀ ਆ। ਹਾਂਜੀ ਹਾਂਜੀ, ਠੀਕ ਹੈ ਨਾ, ਵੀ ਉਹ ਮੰਨ ਲਓ ਸੱਚ ਹੋਵੇ ਸਾਰਾ ਕੁਛ ਇਹ। ਹਾਂਜੀ ਹਾਂਜੀ, ਕਿਉਂ ਜਦੋਂ ਕੰਮ ਕਰਨਾ ਆ ਇਹ ਚੀਜ਼ਾਂ ਤਾਂ ਸਾਹਮਣੇ ਆਉਣੀਆਂ ਹੀ ਆ। ਬਹੁਤ ਕੁਛ ਹੋਣਾ ਜੀ, ਬਹੁਤ ਕੁਛ ਹੋਣਾ, ਜਿਵੇਂ ਨੀ ਇਹ ਮਤਲਬ ਜੇ ਆਪਾਂ ਇਹ ਗੱਲ ਪਿੱਛੇ ਲਿਜਾ ਕੇ ਦੇਖੀਏ, ਹੁਣ ਟੀਮ ਦੇ ਵਿੱਚ ਜੇ ਤੁਸੀਂ ਕੰਮ, ਟੀਚਾ ਤੁਹਾਡਾ ਮੁੱਖ ਹੋਣਾ ਚਾਹੀਦਾ, ਜਿਹੜੀ ਤੁਸੀਂ ਉਦਾਹਰਨ ਦਿੰਦੇ ਹੁੰਦੇ ਆ, ਮਤਲਬ ਗੋਲ ਪੋਸਟ ਚੇਂਜ ਹੋਣ ਦਾ ਮਤਲਬ ਇਹ ਨੀ ਵੀ ਉਹ ਚੱਕ ਕੇ ਕਿਤੇ ਹੋਰ ਰੱਖ ਲੇ ਜਿਵੇਂ ਇਹ ਕਹਿੰਦੇ ਸੀਗੇ, ਉਹਦਾ ਮਤਲਬ ਇਹ ਹੈ ਵੀ ਤੁਸੀਂ ਹੋਰ ਹਾਲਤ ਚ ਖੜੇ ਆ, ਉਦੋਂ ਤੁਹਾਨੂੰ ਜੇ ਅੰਦਾਜ਼ੇ ਨਾਲ ਮਾਰੋਗੇ ਗਲਤ ਪਾਸੇ ਮਾਰੋ, ਤੁਸੀਂ ਆਪਦਾ ਗੋਲ ਹਰੇਕ ਵਾਰੀ ਇਹ ਨੀ ਕਰਨਾ ਤੁਸੀਂ ਵੀ ਤੁਸੀਂ ਕਿਤੇ ਵੀ ਕਰਕੇ ਤਾਂ ਤੁਸੀਂ ਕਹਿਣਾ ਵੀ ਇਹੀ ਨਿਸ਼ਾਨਾ ਸੀ ਮੇਰਾ, ਮੈਂ ਤਾਂ ਇੱਥੇ ਮਾਰਨੀ ਚਾਹੁੰਦਾ ਸੀ। ਹਾਂਜੀ ਹਾਂਜੀ, ਪਹਿਲਾਂ ਨਿਸ਼ਾਨੇ ਨੂੰ ਮਿੱਥ ਕੇ ਫਿਰ ਮਾਰੋ। ਹਾਂਜੀ ਹਾਂਜੀ, ਮਤਲਬ ਧਿਆਨ ਦੇ ਵਿੱਚ ਰੱਖ, ਜੇ ਹੁਣ ਮਤਲਬ ਇਹ ਕਹਿੰਦੇ ਆ ਸਿਧਾਂਤਕ, ਕਪੂਰ ਕਹਿੰਦਾ ਨਾ ਵੀ ਅਕਲ ਵਾਲੇ ਬੰਦੇ ਸਿਧਾਂਤਕ ਹੁੰਦੇ ਆ, ਤੇ ਪਰ ਜਿਹੜੀ ਅਕਲ ਰਾਜ ਤਾਂ ਸਭ ਥਾਵਾਂ ਤੇ ਕਰਦੀ ਹੈ ਪਰ ਕਿਤੇ ਹਕੂਮਤ ਨਹੀਂ ਚਲਾ ਸਕਦੀ, ਉਹ ਇਹੀ ਬਿਮਾਰੀ ਹੈ ਇਹਨਾਂ ਨੂੰ, ਮਤਲਬ ਇਹਨਾਂ ਨੂੰ ਇਹ ਆਪਦੇ ਆਪ ਨੂੰ ਨਾ ਧਰਤੀ ਦਾ ਧੁਰਾ ਸਮਝੀ ਬੈਠੇ ਵੀ ਕੇਂਦਰ ਅਸੀਂ ਆ, ਬਾਕੀ ਸਾਰੇ ਆਲੇ ਦੁਆਲੇ ਸਾਡੇ ਘੁੰਮਦੀ, ਤੇ ਹੁਣ ਇਹਦੇ ਕਰਕੇ ਮਤਲਬ ਇਹ ਸੋਚ, ਇੱਕ ਗੱਲ ਇਹਨੇ ਕਹੀ ਸੀ ਕਹਿੰਦਾ ਵੀ ਅਸੀਂ ਜੇ ਇਹ ਬੰਦੇ ਸੋਚਦੇ ਨਾ ਵੀ ਅਸੀਂ ਇਹਦੀ ਕੋਈ ਅਕਾਲ ਸਮਝਦੇ, ਇਹਨਾਂ ਦੀ ਕੋਈ ਅਸੀਂ ਔਕਾਤ ਨਹੀਂ ਸਮਝਦੇ, ਤੇ ਤੁਸੀਂ ਮਤਲਬ ਔਕਾਤ ਨਹੀਂ ਸਮਝਦੇ ਤਾਂ ਫਿਰ ਇੱਕ ਤਾਂ ਪ੍ਰੋਗਰਾਮ ਇੰਨੇ ਕਰਨ ਦੀ ਲੋੜ ਨੀ ਗੀ ਤੁਹਾਨੂੰ, ਤੇ ਦੂਜੀ ਗੱਲ ਮਤਲਬ ਜਿਹੜੇ ਇੰਨਾ ਹੰਕਾਰ ਪਾਲੀ ਬੈਠੇ ਇਹ ਔਕਾਤ ਨਹੀਂ ਸਮਝਦੇ, ਅਸੀਂ ਕਿਹੜਾ ਮਤਲਬ ਜਿਹੜਾ ਅਸੀਂ ਕੰਮ ਕਰ ਰਹੇ ਹਾਂ ਆਪਾਂ ਇਹਨਾਂ ਦੀ ਨਿਗਾਹ ਚ ਪ੍ਰਵਾਨ ਚੜ੍ਹਨ ਵਾਸਤੇ ਥੋੜਾ ਕਰ ਰਹੇ ਵੀ ਇਹ ਬੰਦੇ ਔਕਾਤ ਸਮਝਣ। ਮੰਨ ਲਓ ਕੋਈ ਸਿੱਖ ਕਹਿੰਦਾ ਵੀ ਆਰ ਐਸ ਐਸ ਨੂੰ ਅਸੀਂ ਕੱਖ ਨੀ ਸਮਝਦੇ, ਇਹ ਸਮਝਣ ਦੇ ਨਾਲ ਆਰ ਐਸ ਐਸ ਦੀ ਨੁਕਸਾਨ ਕਰਨ ਦੀ ਸਮਰੱਥਾ ਘੱਟ ਨਹੀਂ ਜਾਣੀ,
ਉਹਨਾਂ ਦੀ ਤਾਂ ਉਨੀ ਹੈ ਨਾ, ਤੁਸੀਂ ਵਿਰੋਧੀ ਦੀ ਜੇ ਤੁਸੀਂ ਉਹਦੇ ਬਾਰੇ ਘੱਟ ਅੰਦਾਜ਼ਾ ਲਾ ਲਿਆ, ਉਹਦੀ ਤਾਕਤ ਵੱਧ ਹੈ, ਨੁਕਸਾਨ ਵਿਰੋਧੀ ਦਾ ਹੋਣਾ ਕਿ ਤੁਹਾਡਾ ਹੋਣਾ? ਤਾਂ ਤੁਹਾਡਾ ਹੋਣਾ, ਡੈਫੀਨੇਟਲੀ ਤੁਹਾਡਾ ਹੋਣਾ। ਹਾਂ, ਤੁਸੀਂ ਤਾਂ ਵੱਧ ਸਮਝ ਕੇ ਚੱਲੋ, ਤੁਸੀਂ ਉਹਦੇ ਉਦੋਂ ਉਦੋਂ ਡਬਲ ਤਿਆਰੀ ਕਰੋ, ਮਤਲਬ ਜਦੋਂ ਪੰਗਾ ਪੈਣਾ ਅਸੀਂ ਉਦੋਂ ਮਤਲਬ ਭਾਰੇ ਤਾਂ ਹੀ ਹੋਵੋਗੇ ਤੁਸੀਂ ਡਬਲ ਤਿਆਰੀ ਕਰੋ। ਬਿਲਕੁਲ, ਤਾਂ ਕਿ ਉਹਦੇ ਉਹਦਾ ਕੀਤਾ ਹੋਇਆ ਨੁਕਸਾਨ ਤੁਹਾਨੂੰ ਨੁਕਸਾਨ ਲੱਗੇ ਹੀ ਨਾ। ਹਾਂਜੀ, ਇੰਨੀ ਤਿਆਰੀ ਹੋਵੇ ਤੁਹਾਡੀ। ਹਾਂਜੀ ਹਾਂਜੀ, ਜਾਂ ਨੁਕਸਾਨ ਨਾ ਲੱਗੇ, ਜਾਂ ਮਤਲਬ ਤੁਸੀਂ ਉਹਨੂੰ ਢਾਉਣ ਦੀ ਜੇ ਹਿੰਮਤ ਰੱਖਦੇ ਹੋ ਉਨੀ ਉਨਾ ਮਤਲਬ ਤੁਸੀਂ ਤਿਆਰੀ ਕਰਕੇ ਰੱਖੋ। ਜੇ ਤੁਹਾਨੂੰ ਲੱਗਦਾ ਵੀ ਉਹ ਕਰ ਸਕਦਾ ਨੁਕਸਾਨ, ਮਤਲਬ ਆਪਣੇ ਤੋਂ ਨਹੀਂ ਹੋਣਾ, ਫਿਰ ਤੁਸੀਂ ਉਹਦੇ ਉਹਦੇ ਹਿਸਾਬ ਨਾਲ ਢਾਲਣ ਦੀ ਤਿਆਰੀ ਰੱਖੋ, ਹਾਲਾਤਾਂ ਦੇ ਹਿਸਾਬ ਨਾਲ ਬਦਲਣ ਦੀ ਤਿਆਰੀ ਰੱਖੋ। ਪਰ ਹਾਂਜੀ, ਇਹਨਾਂ ਇਹ ਬੰਦੇ ਨੀ ਇਹ ਗੱਲਾਂ ਸਮਝਦੇ। ਤਾਂ ਕਪੂਰ ਕਹਿੰਦਾ ਨਾ, ਇੱਕ ਇੱਕ ਮੈਂ ਹੋਰ ਗੱਲ ਪੜ੍ਹੀ ਸੀਗੀ ਕਪੂਰ ਦੀ, ਉਹ ਕਹਿੰਦਾ ਇੱਕ ਵਾਰੀ ਇਹ ਏਦਾਂ ਦਾ ਵਿਦਵਾਨ, ਜਿਵੇਂ ਇਹ ਵਿਦਵਾਨ ਹੈ, ਉਹ ਮਰਨ ਲੱਗਿਆ ਸੀਗਾ ਤੇ ਉਹ ਨਾਲ ਦੇ ਬੰਦੇ ਨੂੰ ਪੁੱਛਦਾ ਵੀ ਜੇ ਮੈਂ ਮਰ ਗਿਆ ਫੇਰ ਕੀ ਹੋਊਗਾ। ਉਹ ਮਨ ਦੇ ਵਿੱਚ ਸੋਚਦਾ ਇਹ ਸੀ ਵੀ ਇਹਨੇ ਕਹਿਣਾ ਵੀ ਧਰਤੀ ਮਤਲਬ ਜਿਹੜਾ ਸਮਾਜ ਚੱਲ ਰਿਹਾ ਨਾ, ਇਹ ਤਾਂ ਰੁਕ ਜੂਗਾ ਤੇਰੇ ਬਿਨਾਂ। ਤੇ ਉਹ ਕਹਿੰਦਾ ਵੀ ਸੰਸਕਾਰ ਹੋਊਗਾ ਤੇਰਾ ਤੇ ਪਾਠ ਦਾ ਭੋਗ ਪੈਜੂ, ਹੋਰ ਕੀ ਹੋਣਾ। ਇਹਨਾਂ ਬੰਦੇ ਨੂੰ ਭੁਲੇਖਾ ਇੰਨਾ ਹੈ ਵੀ ਅਸੀਂ ਮਤਲਬ ਜੇ ਅਸੀਂ ਕੁਛ ਬੰਦ ਕਰ ਦਈਏ ਨਾ, ਸਾਰਾ ਕੁਛ ਹੀ ਧਰਤੀ ਖੜ ਜੂਗੀ ਇੱਥੇ। ਨਾ ਨਾ, ਉਹ ਤਾਂ ਨਾ ਪ੍ਰੈਕਟੀਕਲਟੀ ਪੱਖੋਂ ਐਡਾ ਨਿਕੰਮਾ ਆ ਬੰਦਾ, ਜਾਣੀ ਜਿਹੜਾ ਨਾ ਇੱਕ ਨਾਡੂ ਖਾਂ ਦਾ ਪੱਟੀ ਵਾਲਾ ਆਰਟੀਕਲ ਆ, ਪੂਰੇ ਦਾ ਪੂਰਾ ਉਹ ਤੇ ਲੱਗਦਾ। ਫੁਕਰਾ, ਮੈਂ ਤਾਂ ਹੀ ਤਾਂ ਨਹੀਂ ਤਾਂ ਹੁਣ ਜਿੰਨਾ ਇੰਨਾ ਕੁਛ ਮੇਰੇ ਬਾਰੇ ਜਾਣਦੇ ਆ, ਉਹਨਾਂ ਨੂੰ ਉੱਥੇ ਬੈਠ ਕੇ ਇਹ ਕਹਿਣ ਦੀ ਲੋੜ ਨਹੀਂ ਹੈਗੀ ਵੀ ਇਹ ਯੂਟਿਊਬ ਦੇ ਉੱਤੇ ਪੈਸੇ ਦੇ ਕੇ ਸਬਸਕ੍ਰਾਈਬ ਕਰਦੇ ਆ। ਉਹਨਾਂ ਨੂੰ ਚਾਹੀਦਾ ਫੋਨ ਕਰਨਾ, ਫੋਨ ਕਰਕੇ ਇੱਥੇ ਕਹਿਣ ਪਏ ਹਰਨੇਕ ਅੱਜ ਫੋਨ ਨਾ ਕੱਟੀ। ਨਹੀਂ ਨਹੀਂ, ਨਾ ਨੀ ਨਾ ਲੈਣਾ, ਉਹ ਕਹਿੰਦੇ ਜੇਠ ਲੱਗਦਾ ਨਾ ਕਾਹਤੋਂ ਨੀ ਲੈਣਾ। ਜਵਾਬ ਦੇ ਹਨਾ, ਤੇ ਅਸੀਂ ਅਸੀਂ ਫੋਨ ਕਰਕੇ ਅਗਲਾ ਕਹਿ ਵੀ ਧੁੰਦਾ ਜੀ ਲਾਈਨ ਤੇ ਆ ਸਾਡੇ ਨਾਲ, ਤੇ ਜਿਹੜੀਆਂ ਗੱਲਾਂ ਕਹੀਆਂ ਨਾ ਪੰਥਪ੍ਰੀਤ ਸਿੰਘ ਦੇ ਬਾਰੇ, ਅਸੀਂ ਹੁਣੇ ਫੋਨ ਕਰਨ ਲੱਗੇ ਉਹਨੂੰ, ਫੋਨ ਨਾ ਕੱਟੀ ਹੁਣ। ਹਾਂਜੀ, ਮਤਲਬ ਸੁਣਨੇ ਵਾਲੇ ਕਨਫਿਊਜ਼ ਹੋ ਜਾਣ। ਮਤਲਬ ਇੱਕ ਵਾਰੀ ਇੱਦਾਂ ਲਿਆ ਦੇਣ ਤਾਂ ਨੇਰੀ ਜਾਣੀ, ਜਾਂ ਇੱਦਾਂ ਆਪਣਾ ਰੇਡੀਓ ਤੇ ਕਰਕੇ ਕਹਿਣ ਵੀ ਲੈ ਵੇ ਇੱਥੇ ਇਹ ਗੱਲਾਂ ਪੰਥਪ੍ਰੀਤ ਸਿੰਘ ਬੈਠੇ ਆ, ਉਹਨੇ ਆਓ ਪੁੱਛੋ ਜਿਨ ਸਵਾਲ ਪੁੱਛਣਾ। ਨਹੀਂ, ਆਪਦੇ ਰੇਡੀਓ ਤੇ ਵੀ ਕਰਨ, ਫਿਰ ਕਨਵਿੰਸ ਵੀ ਐਵੇਂ ਹੀ ਹੋਣਾ ਨਾ ਬੰਦਿਆਂ ਨੇ, ਜਿਹੜੇ ਕਹਿੰਦੇ ਬੰਦੇ ਨਾ ਮਗਰ ਮਤਲਬ ਭੇਡਾਂ, ਭਾਵਾਂ ਭੇਡਾਂ ਜਾਂ ਜੋ ਮਰਜ਼ੀ ਆ, ਉਹ ਕਨਵਿੰਸ ਤਾਂ ਹੋਏ ਆ ਵੀ ਗੱਲਾਂ ਠੀਕ ਆ। ਤੁਸੀਂ ਜੇ ਉਦਾਹਰਨ ਦੇ ਕੇ ਮਤਲਬ ਗੱਲਾਂ ਚਲਾ ਕੇ ਜਾਂ ਕਿਸੇ ਤਰ੍ਹਾਂ ਦੱਸ ਕੇ ਵੀ ਆਹ ਗੱਲ ਇਹਨਾਂ ਨੇ ਕੀਤੀ ਹੈ, ਇਸ ਕਰਕੇ ਗਲਤ ਹੈ ਇਹ, ਜੇ ਇਸ ਤਰ੍ਹਾਂ ਨਹੀਂ ਦੱਸ ਸਕਦੇ ਨਾ, ਫਿਰ ਤੁਸੀਂ ਫਤਵੇ ਜਿੰਨੇ ਮਰਜ਼ੀ ਦੇ ਦਿਓ, ਭੇਡਾਂ ਕਹਿ ਲਓ, ਇਹਨਾਂ ਨੂੰ ਪੁੱਛਦਾ ਨੀ ਕੋਈ, ਜੋ ਮਰਜ਼ੀ ਕਹਿ ਲਓ, ਉਹਦੇ ਨਾਲ ਦਿਮਾਗ ਨੀ ਨਾ ਕਨਵਿੰਸ ਹੁੰਦਾ। ਹੁਣ ਤੁਸੀਂ ਜਿਹੜੀਆਂ ਗੱਲਾਂ ਕਹਿੰਦੇ ਸੀ ਪਹਿਲਾਂ ਪਹਿਲਾਂ ਸਾਨੂੰ ਚੰਗੀਆਂ ਨੀ ਲੱਗਦੀਆਂ ਸੀ, ਪੰਥਪ੍ਰੀਤ ਬਾਰੇ ਤੁਸੀਂ ਕਹਿੰਦੇ ਸੀਗੇ, ਮੈਨੂੰ ਲੱਗਦਾ ਸੀ ਬਾਕੀ ਤਾਂ ਸਾਰੀਆਂ ਗੱਲਾਂ ਠੀਕ ਆ, ਪੰਥਪ੍ਰੀਤ ਵਾਲੀ ਜਿਹੜੀ ਗੱਲ ਕਹਿੰਦੇ ਆ ਉਹ ਦਿਮਾਗ ਚ ਤਾਂ ਵੱਟ ਜਾਂਦੀ ਸੀ, ਗੱਲ ਤਾਂ ਠੀਕ ਹੁੰਦੀ ਸੀ। ਮੈਂ ਇਹ ਸੋਚਦਾ ਸੀ ਵੀ ਗੱਲ ਤਾਂ ਇਹਨਾਂ ਬੰਦੇ ਦੀ ਠੀਕ ਆ, ਪਰ ਪੰਥਪ੍ਰੀਤ ਕੰਮ ਬਹੁਤ ਕਰਦਾ ਫੀਲਡ ਦੇ ਵਿੱਚ, ਮਤਲਬ ਚਿਰ ਦਾ ਬਹੁਤ ਲੱਗਿਆ ਹੋਇਆ, ਇੰਨਾ ਚਿਰ ਹੋ ਗਿਆ ਉਹਨੂੰ, ਤੇ ਮਤਲਬ ਉਹ ਗੱਲ ਦਿਮਾਗ ਚੋ ਜਾਂਦੀ ਨੀ, ਬੰਦੇ ਦਿਮਾਗ ਚ ਵੜ ਜਾਂਦੀ ਹੈ ਜਦੋਂ ਇੱਕ ਵਾਰੀ ਜੇ ਸੁਣ ਲਵੇ ਧਿਆਨ ਦੇ ਨਾਲ। ਮੈਂ ਕਿਹਾ ਗੱਲ ਠੀਕ ਆ, ਮਤਲਬ ਗੱਲ ਮਨ ਜੀ ਨੀ ਕਰਦਾ ਮੰਨਣ ਨੂੰ, ਪਰ ਗੱਲ ਤਾਂ ਸਹੀ ਹੈ। ਨਾ ਜੀ ਨਾ, ਉਹ ਕਹਿੰਦਾ ਸੀ ਨਾ, ਉਹ ਕਹਿੰਦਾ ਸੀ ਵੀ ਠੀਕ ਲੱਗਦੀ ਹੈ ਗੱਲ ਪਰ ਚੰਗੀ ਨੀ ਲੱਗਦੀ। ਹਾਂਜੀ ਹਾਂਜੀ, ਚੰਗੀ ਨੀ ਲੱਗਦੀ ਹੁੰਦੀ ਉਦੋਂ। ਹਾਂ ਨਹੀਂ, ਉਹਦੇ ਲਈ ਅਸੀਂ ਤਾਂ ਜੀ ਦੇਖੋ, ਜੇ ਕੋਈ ਬੰਦਾ ਸਾਡੇ ਬਾਰੇ ਇਹ ਗੱਲ ਕਹਿੰਦਾ ਨਾ ਵੀ ਇਹਨਾਂ ਨੂੰ ਆਹ ਇਹਨਾਂ ਦੀ ਪਲੈਨਿੰਗ ਆ, ਸਵਾਰਥ ਆ, ਜਿਹੜੇ ਵੀ ਬੰਦੇ ਦਾ ਨਾਂ ਲੈ ਦੇਣ ਇਹ ਵੀ ਫਲਾਨੇ ਬੰਦੇ ਤੋਂ ਬਿਨਾਂ ਇਹਨਾਂ ਦਾ ਗੁਜ਼ਾਰਾ ਨਹੀਂ ਹੋ ਸਕਦਾ, ਅਸੀਂ ਪੱਕੀ ਲਕੀਰ ਖਿੱਚ ਦਿੰਦੇ ਉਹਦੇ ਨਾਲ। ਜੇ ਇਹਨਾਂ ਨੂੰ ਲੱਗਦਾ ਵੀ ਇਹ ਰੇਡੀਓ ਕਰਕੇ ਆ, ਚਲੋ ਯੂਟਿਊਬ ਦੇ ਚੈਨਲ ਕਰਕੇ, ਅਸੀਂ ਯੂਟਿਊਬ ਦਾ ਚੈਨਲ ਹੀ ਬੰਦ ਕਰ ਦਿੰਦੇ ਹਾਂ, ਉਹ ਤੋਂ ਬਿਨਾਂ ਦੇਖ ਲਓ ਆ ਜਾਓ। ਜਿਹੜੇ ਬਾਣ ਚ ਦੇਖੋ ਨਾ, ਸਹਿਹਾ ਸਹਿਹਾ ਜਦੋਂ ਭੱਜਦਾ, ਜੇ ਤਾਂ ਉਹ ਸਿਆੜੀ ਸਿਆੜੀ ਭੱਜੇ ਤੇ ਕੁੱਤਿਆਂ ਨੇ ਮਗਰ ਉਧਰ ਨੂੰ ਜਾਣਾ, ਜੇ ਉਹ ਸਿਆੜਾਂ ਦੇ ਉਲਟ ਹੋ ਜਾਏ ਤੇ ਕੁੱਤੇ ਨੂੰ ਔਖਾ, ਪਤੰਦਰਾ ਤੈਨੂੰ ਵੀ ਤਾਂ ਪਹਿਲਾਂ ਔਖਾ ਹੋਣਾ ਹੀ ਆ। ਹਾਂਜੀ, ਤੂੰ ਜਿੱਧਰ ਨੂੰ ਮਰਜ਼ੀ ਭੱਜ ਲਾ, ਇੱਦਾਂ ਹੀ ਚੱਲੂਗੇ ਤਾਂ।
ਨਹੀਂ ਜਿਹੜੀਆਂ ਆਧਾਰਨਾ ਦਿੰਦੇ ਨਾ ਇਹ ਵੀ ਇਹਨਾਂ ਨੂੰ ਐਡੇ ਬੇਵਕੂਫ ਬੰਦੇ, ਇਹਨਾਂ ਨੂੰ ਤਾਂ ਗੱਲ ਹੀ ਨੀ ਸਮਝ ਆਉਂਦੀ ਵੀ ਕਹਿ ਕੀ ਰਹੇ। ਜਿਹੜੀ ਤੁਸੀਂ ਕਹਿੰਦੇ ਹੁੰਦੇ ਨਾ ਬਖੀਏ ਉਧੇੜ ਦਿਆਂਗੇ, ਉਹਨੂੰ ਐ ਲਈ ਬੈਠੇ ਆ ਵੀ ਘਰੇ ਆ ਕੇ ਸਾਡੀਆਂ ਵੱਖੀਆਂ ਭੰਨੂਗਾ। ਆਪਣੀ ਆਪਣੀ ਜਿੱਥੇ ਆਪਣੀ ਸੁਰਤ ਖੜੀ ਨਾ ਉੱਥੇ ਅਗਲੇ ਨੂੰ ਲਿਜਾ ਕੇ ਖੜਾ ਕਰਨਾ ਚਾਹੁੰਦੇ ਆ। ਹਾਂਜੀ ਹਾਂਜੀ, ਮਤਲਬ ਉਦਾਹਰਨ ਜਿਹੜੇ ਜਿਹੜੀ ਗੱਲ ਤੇ ਦਿੱਤੀ ਗਈ ਆ ਉਹ ਇਸ ਤਰ੍ਹਾਂ ਥੋੜਾ ਹੁੰਦੀ ਜਿਵੇਂ ਤੁਸੀਂ ਆਪਦੀ ਮਰਜ਼ੀ ਨਾਲ ਲਾ ਲੈਂਦੇ ਚੱਕ ਕੇ। ਨਾ ਨਾ ਭਰਾਵਾ, ਉਹ ਤਾਂ ਨਾ ਪਹਿਲਾਂ ਉਹ ਸਾਡੇ ਇੱਥੇ ਸੀਗੇ, ਉਹਨਾਂ ਨੇ ਜਿਹੜਾ ਨਾ ਪਤੰਦਰ ਸ਼ਬਦ ਆ, ਹਾਂਜੀ ਉਹ ਸ਼ਿਕਾਇਤ ਹੋਈ ਤੇ ਉਹਦੇ ਅਰਥ ਪਤਾ ਉਹਦੀ ਟ੍ਰਾਂਸਲੇਸ਼ਨ ਕੀ ਕੀਤੀ? ਹਾਂਜੀ, ਹਰਾਮਖੋਰ। ਠੀਕ, ਪਤੰਦਰ ਸ਼ਬਦ ਦੀ ਜਵਾਬ ਦਿਆਂਗੇ, ਮੂੰਹ ਤੋੜ ਜਵਾਬ ਦਿਆਂਗੇ ਉਹਦਾ। ਏਦਾਂ ਵੀ ਕਹਿੰਦੇ ਆ ਵੀ ਅਸੀਂ ਜਿੱਦਾਂ ਬ੍ਰੇਕ ਫੇਸ ਬ੍ਰੇਕ ਕਰ ਦੇਣਾ ਏਦਾਂ, ਮਤਲਬ ਹਰੇਕ ਗੱਲ ਨੂੰ ਆਪਣੀ ਮਰਜ਼ੀ ਦੇ ਨਾਲ। ਹੁਣ ਆਪ ਜਾਣੀ ਇੱਥੋਂ ਤੱਕ ਵੀ ਕਹਿ ਤਾ ਵੀ ਇਹਨਾਂ ਦੀਆਂ ਨਾਸਾਂ ਭੰਨਣੀਆਂ ਹੁਣ ਅਸੀਂ। ਚਾਰ ਬੰਦੇ ਬੋਲਣ ਵਾਲੇ ਸੀ, 10 ਮਿੰਟ ਬੋਲੇ, ਦੋ ਦੋ ਢਾਈ ਢਾਈ ਮਿੰਟ ਬੋਲ ਕੇ ਨਾਸਾਂ ਭੰਨਣਗੇ ਬੰਦੇ। ਕਮਜ਼ੋਰੀ ਆ ਬਹੁਤ ਵੱਡੀ ਧੁੰਦੇ ਦੀ, ਕਿਉਂਕਿ ਮੈਂ 6 ਸਾਲ ਉਹਦੇ ਨਾਲ ਰਿਹਾ। ਹਾਂਜੀ, 2008 ਤੋਂ ਲੈ ਕੇ 2016 ਤੱਕ ਇੱਕ ਵੀ ਥਾਂ ਤੇ ਦੁਨੀਆਂ ਦੇ ਕਿਸੇ ਵੀ ਗੁਰਦੁਆਰੇ ਚ ਜੇ ਕੋਈ ਬੰਦਾ ਸੁਣਦਾ ਆ ਨਾ, ਜੇ ਕੋਈ ਕਹਿੰਦਾ ਆ ਵੀ ਮੈਨੂੰ ਵੀ ਮੈਂ ਜੀ ਫਲਾਨੀ ਸਟੇਜ ਦੇ ਉੱਤੇ ਸੁਣਿਆ ਜਾਂ ਫਲਾਨੇ ਗਰੁੱਪ ਚ ਬੈਠ ਕੇ ਧੁੰਦਾ ਜੀ ਨੂੰ ਸੁਣਿਆ ਤੇ ਉਹਨੇ ਕਿਹਾ ਵੀ ਮੈਂ ਹਰਨੇਕ ਨੂੰ ਜਾਣਦਾ ਆ। ਅੱਠਾਂ ਜਾਣੀ 3-3 ਮਹੀਨੇ ਸਾਡੇ ਕੋਲ ਰਹਿੰਦੇ ਰਹੇ ਆ। ਜਦੋਂ ਨਾ ਕੋਈ ਬਾਹਰ ਗਿਆ ਨੂੰ ਕੋਈ ਬੰਦਾ ਮਿਲਦਾ ਸੀ, ਜਦੋਂ ਸਾਡਾ ਨਾਂ ਲੈ ਲੈਂਦਾ ਸੀ ਇੱਦਾਂ, ਇਹ ਇੱਦਾਂ ਰਿਐਕਟ ਕਰਦੇ ਸੀ ਮੋਹਰਿਓ ਵੀ ਹਰਨੇਕ ਕੌਣ। ਬੁਲਵਾ ਕੇ ਪ੍ਰੈਸ਼ਰ ਪਵਾਇਆ ਜਾਵੇ ਢੱਡੀਆਂ ਵਾਲਿਆਂ ਦੇ ਉੱਤੇ। ਹਾਂਜੀ, ਜੇ ਢੱਡੀਆਂ ਵਾਲਿਆਂ ਨੂੰ ਜਾਣੀ ਉਹ ਕਹਿਣਾ ਇਹ ਚਾਹੁੰਦੇ ਆ ਵੀ ਜੇ ਤੁਸੀਂ ਧੁੰਦੇ ਪੰਥ ਪ੍ਰੀਤ ਨਾਲ ਏਕਤਾ ਕਰਕੇ ਹਰਨੇਕ ਹੁਣਾਂ ਨੂੰ ਰੇਡੀਓ ਵਿਰਸੇ ਵਾਲਿਆਂ ਨੂੰ ਧੁੰਦੇ ਪੰਥ ਪ੍ਰੀਤ ਦੀ ਗੱਲ ਕਰਨ ਤੋਂ ਨਾ ਹਟਾਇਆ ਤੇ ਇਹਨਾਂ ਨੇ ਢੱਡਰੀਆਂ ਵਾਲੇ ਬਾਰੇ ਗੱਲਾਂ ਕਰ ਕਰਕੇ ਉਹਨਾਂ ਦਾ ਨੁਕਸਾਨ ਕਰ ਦੇਣਾ। ਭੁਲੇਖਾ ਤਾਂ ਬਹੁਤ ਵੱਡਾ ਪਾਲੀ ਬੈਠੇ, ਇਹਨਾਂ ਨੇ ਇਹ ਗੱਲ ਵੀ ਕੀਤੀ ਸੀ, ਇਹਦੇ ਵਿੱਚ ਵੀ ਅਕਾਊਂਟ ਨੰਬਰ ਦੇਈ ਜਾਂਦੇ ਆ ਇਹ। ਅਕਾਊਂਟ ਨੰਬਰ ਉੱਥੇ ਨੀ ਦਿੰਦੇ ਵੀ ਮੁੰਡੇ ਨੂੰ ਗੱਡੀ ਵੱਡੀ ਲੈ ਕੇ ਦੇਣੀ ਆ, ਉੱਥੇ ਸੰਸਥਾ ਚਲਾਉਣ ਦੀ ਗੱਲ ਚੱਲ ਰਹੀ ਆ ਉੱਥੇ। ਉਹ ਤਾਂ ਇਹਨਾਂ ਨੂੰ ਪਤਾ ਹੀ ਨੀ ਨਾ ਗਾਹਾਂ ਕੀ ਹੋਣਾ ਜੇ, ਜਦੋਂ ਜਦੋਂ ਇਹ ਇਹ ਪੂਰੀ ਜਦੋਂ ਨਾ ਸਾਡੀ ਗੱਲ ਸੁਣਦੇ ਆ ਨਾ ਉਹਨਾਂ ਦੀਆਂ ਢੱਡਰੀਆਂ ਵਾਲਿਆਂ ਦੀਆਂ ਸਟੇਟਮੈਂਟਾਂ ਸੁਣਦੇ ਆ। ਹਾਂਜੀ ਹਾਂਜੀ, ਜਿਹੜੀਆਂ ਗੱਲਾਂ ਉਹਨੇ ਸਮਾਗਮਾਂ ਦੇ ਵਿੱਚ ਵੀ ਕਹਿਤੀਆਂ ਉਹ ਵੀ ਪੂਰੀਆਂ ਨੀ ਸੁਣੀਆਂ, ਨਹੀਂ ਤਾਂ ਸਵਾਲ ਨੀ ਸੀ ਬਣਨਾ ਇਹਨਾਂ ਦਾ। ਹਾਂਜੀ ਹਾਂਜੀ, ਉਹ ਤਾਂ ਜਿਹੜੀ ਨੇਰੀ ਆਉਣੀ ਉਹ ਠੱਲੜੀ ਨੀ ਇਹਨਾਂ ਤੋਂ। ਪਰ ਗੱਲ ਇਹ ਆ ਵੀ ਉਹ ਪ੍ਰੈਕਟੀਕਲਟੀ ਨਾ ਧੁੰਦੇ ਹੋਣਾ ਕੋਲ ਆ ਨਾ ਇਹਨਾਂ ਕੋਲ ਆ, ਇਹਨੀ ਸੋਚਿਆ ਇੱਦਾਂ ਇਹਨਾਂ ਨੂੰ ਲੱਗਿਆ ਵੀ ਰੇਡੀਓ ਵਾਲੇ ਧੁੰਦੇ ਪੰਥ ਪ੍ਰੀਤ ਦੇ ਵਿਰੁੱਧ ਬੋਲਦੇ ਸੀ। ਹਾਂਜੀ ਹਾਂਜੀ, ਲੋਕਾਂ ਨੇ ਭਰੋਸਾ ਕਰ ਲਿਆ। ਹਾਂਜੀ, ਢੱਡਰੀਆਂ ਵਾਲੇ ਦੇ ਹੱਕ ਚ ਬੋਲਦੇ ਸੀ, ਲੋਕਾਂ ਨੇ ਭਰੋਸਾ ਕਰ ਲਿਆ। ਹੁਣ ਇਹ 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 ਢੱਡਰੀਆਂ ਵਾਲੇ ਦੇ ਵਿਰੁੱਧ ਬੋਲੂਗੇ, ਇੱਦਾਂ ਹੀ ਲੋਕ ਕਹਿਣਗੇ ਵੀ ਨਹੀਂ 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 ਉਹ ਤਾਂ ਵਿਰੋਧ ਕਰੋ ਹੁਣ। ਹਾਂਜੀ, ਇਹਨਾਂ ਨੂੰ ਇਹ ਨੀ ਪਤਾ ਵੀ ਇੱਦਾਂ ਜੇ ਨਾ ਲੋਕਾਂ ਨੂੰ ਭਰੋਸਾ ਕਰਾਉਣਾ ਆ ਤੇ ਯੂਟਿਊਬ ਵਾਲਿਆਂ ਨੂੰ ਪੈਸੇ ਦੇ ਕੇ ਪਹਿਲਾਂ ਸਬਸਕ੍ਰਾਈਬ ਕਰਾਉਣੇ ਪੈਣੇ ਆ। ਸਹੀ ਗੱਲ ਹੈ ਜੀ, ਆਹੋ ਵੀ ਹੁਣ 30-35 ਹਜ਼ਾਰ ਸਬਸਕ੍ਰਾਈਬਰ ਹੋਣ ਫਿਰ ਹੀ ਲੋਕ ਆ ਸੁਣੂਗੇ, ਪਹਿਲਾਂ ਲਾਓ ਪੈਸਾ ਚ ਰੱਖ। ਇੰਨੀ ਅਕਲ ਹੋਵੇ ਤਾਂ ਇਹਨਾਂ ਨੂੰ, ਮਤਲਬ ਰੀਸ ਤਾਂ ਬਹੁਤ ਕਰਦੇ ਇਹ, ਇਹਨਾਂ ਨੂੰ ਇਹ ਨੀ ਪਤਾ ਵੀ ਸਾਰਾ ਕੁਛ ਚੱਕਣਾ ਪੈਂਦਾ ਹੁੰਦਾ। ਉਦਾਹਰਨਾਂ ਜਿਹਦੇ ਕਰਕੇ ਉਦਾਹਰਨਾਂ ਆ ਰਹੀ ਆ ਉਹ ਪਿੱਛੇ ਜਿਹੜਾ ਸੁਭਾਅ ਖੜਾ ਉਹ ਤੁਹਾਨੂੰ ਅਪਣਾਉਣਾ ਪੈਣਾ।
ਜੇ ਤੁਸੀਂ ਉਹ ਬਣਾ ਲਿਆ ਫਿਰ ਤੁਹਾਡਾ ਵਿਰੋਧ ਨੀ ਰਹਿਣਾ, ਇੱਕ ਕੁਛ ਹੀ ਰੱਖਿਆ ਜਾਊਗਾ ਨਾ ਜੀ। ਇਹ ਤਾਂ ਨਾ ਇਹ ਤਾਂ ਮੈਂ ਇਹਨਾਂ ਨੂੰ ਨੇੜਿਓ ਦੇਖਿਆ, ਉਹ ਜਿਹੜਾ ਨਾ ਜਿਹੜਾ ਕੌੜਾ ਕਹਿੰਦਾ ਨਾ ਵੀ ਜਿਹੜਾ ਅੰਨਾ ਖੀਰ ਗਿਆ ਸੀ ਘਰ ਕਿਸੇ, ਜਿਹੜੀ ਖੀਰ ਦੀ ਗੱਲ ਸੀ ਉਹਦੀ, ਜਿਹੜਾ ਕਹਿੰਦਾ ਸੀ ਵੀ ਬਿੰਗਾ ਧਣਗਾ ਬਗਲਾ ਮੇਰੇ ਗਲੇ ਚ ਫਸ ਜਾਣਾ, ਉਹ ਅੰਨੇ ਵਾਲਾ ਹਾਲ ਆ ਇਹਨਾਂ ਦਾ, ਉਹੀ ਹਾਲ ਆ ਹਾਂਜੀ। ਔਰ ਵੱਡੀ ਗੱਲ ਇਹ ਆ ਜੇ ਨਾ ਚਾਰ ਜਣੇ ਬੈਠੇ ਆ ਤੇ ਚੌਹਾਂ ਦੇ ਜਿਹੜੇ ਮਥਾਜ ਆ ਆਪੋ ਆਪਣੇ ਆ, ਉਹਦੇ ਵਿੱਚ ਕੋਈ ਵੀ ਇੱਕ ਦੂਜੇ ਦੀ ਪ੍ਰੋੜਤਾ ਕਰਨ ਲਈ ਨਹੀਂ ਬੈਠਾ, ਚਾਰੇ ਜਣੇ ਆਪੋ ਆਪਣਾ ਏਜੰਡਾ ਲੈ ਕੇ ਬੈਠੇ ਆ, ਆਪਣੇ ਸਵਾਰਥ ਦੀ ਗੱਲ ਕਹਿ ਦਿੰਦਾ, ਦੂਜੇ ਨੂੰ ਲੱਗਦਾ ਵੀ ਇਹ ਤਾਂ ਮੇਰੇ ਵਿਰੁੱਧ ਚੱਲ ਗਈ ਆ। ਹਾਂਜੀ ਇੱਕ ਜਣਾ ਗੱਲ ਕਰਨ ਲੱਗਾ ਇਹ ਨੀ ਦੇਖਦਾ ਵੀ ਜਿਹੜੀ ਮੈਂ ਦਲੀਲ ਦੇਣ ਲੱਗਾ ਮੇਰੇ ਨਾਲ ਦੇ ਵਿਰੁੱਧ ਤਾਂ ਨੀ ਜਾ ਰਹੀ, ਨਹੀਂ ਨਹੀਂ ਹੋ ਰਿਹਾ ਉਹ। ਖੈਰ ਉਹਦੇ ਉੱਤੇ ਨਹੀਂ ਸਾਨੂੰ ਜਾਣੀ, ਸਾਨੂੰ ਬਸ ਸੁਣ ਤੱਕ ਅਸੀਂ ਸੀਮਤ ਰਹੀਏ, ਖੁਸ਼ੀ ਹੋਣੀ ਚਾਹੀਦੀ ਸਾਨੂੰ ਵੀ ਇਹ ਚੀਜ਼ ਜਿਹੜੇ ਜਿਹੜੇ ਸਾਡਾ ਵਿਰੋਧ ਕਰ ਰਹੇ ਨਾ, ਦੇਖੋ ਕਹਿੰਦੇ ਜਿਹੜਾ ਜਿਹੜਾ ਨਾ ਵੈਸੇ ਤਾਂ ਚਾਹੀਦਾ ਹੁੰਦਾ ਦੁਸ਼ਮਣ ਜਿਹੜਾ ਨਾ ਸਿਆਣਾ, ਤਾਂ ਕਿ ਜਿਹੜਾ ਜਿਹੜੀ ਵਿਚਾਰ ਵੀ ਤੁਸੀਂ ਕਰਨੀ ਆ ਉਹਦਾ ਸਵਾਦ ਆਵੇ ਤੁਹਾਨੂੰ, ਜ਼ੋਰ ਲੱਗੇ ਦਿਮਾਗ। ਪਰ ਜਦੋਂ ਨਾ ਦੁਸ਼ਮਣ ਮੂਰਖ ਆ ਉਦੋਂ ਫਿਕਰ ਮੁੱਕ ਜਾਂਦਾ ਤੁਹਾਡਾ, ਕਿਉਂਕਿ ਤੁਹਾਤੋਂ ਤੁਹਾਨੂੰ ਨੁਕਸਾਨ ਕਰਨ ਦੀ ਲੋੜ ਨਹੀਂ ਪੈਣੀ, ਉਹਨੇ ਆਪਣਾ ਆਪੇ ਕਰੀ ਜਾਣਾ ਆ। ਬਸ ਹੁਣ ਜਿੰਨਾ ਕੁ ਸਾਨੂੰ ਜਾਣੀ ਜਿਹੜੀ ਨਾ ਸਾਡਾ ਦੋਹਰਾ ਕੰਮ ਹੋ ਰਿਹਾ, ਜਿੰਨਾ ਧੁੰਦਾ ਪੰਥਪ੍ਰੀਤ ਹੋਣਾ ਦਾ ਖਤਰਾ। ਦੇਖੋ ਮੈਂ ਸਵੇਰੇ ਵੀ ਵੀਰ ਨਾਲ ਗੱਲ ਕਰਦਾ ਸੀਗਾ, ਜੇ ਨਾ ਤੁਹਾਨੂੰ ਕੋਈ ਕਹੇ ਵੀ ਜਿਹੜਾ ਇਹ ਬੰਦਾ ਵਿਰੋਧੀ ਆ ਤੁਹਾਡੇ, ਇਹ ਇਹ ਜ਼ਹਿਰ ਦਊਗਾ ਤੁਹਾਨੂੰ, ਉਹ ਤੋਂ ਇੰਨਾ ਡਰ ਨਹੀਂ ਹੋਣਾ ਤੁਹਾਨੂੰ ਜਿੰਨਾ ਤੁਹਾਡੇ ਡਾਕਟਰ ਜਿਹੜਾ ਤੁਹਾਡਾ ਉਹ ਜ਼ਹਿਰ ਦੇਣ ਲੱਗਾ। ਹਾਂਜੀ ਕਿਉਂਕਿ ਡਾਕਟਰ ਨੇ ਜਿਹੜੀ ਦਵਾਈ ਸਬਸਕ੍ਰਾਈਬ ਕਰਨੀ ਆ ਪ੍ਰਸਕ੍ਰਾਈਬ ਕਰਨੀ ਆ ਉਹਦੇ ਵਿੱਚ ਵੀ ਉਹ ਲਿਖ ਦੇਣੀ ਆ, ਜੇ ਟੀਕਾ ਲਾਉਣ ਲੱਗਾ ਉਹ ਚ ਵੀ ਲਿਖ ਦੇਣੀ ਆ। ਹਾਂਜੀ ਹਾਂਜੀ ਉਹ ਤੇ ਤਾਂ ਭਰੋਸਾ ਕਰ ਰਹੇ ਤੁਸੀਂ। ਹਾਂਜੀ ਹੁਣ ਇਹ ਜਿਹੜੇ ਕਥਾਕਾਰ ਆ ਸਾਡੇ ਵਿਦਵਾਨ ਆ, ਇਹ ਸਾਡੇ ਲਈ ਇਸ ਕਰਕੇ ਖਤਰਨਾਕ ਸੀਗੇ ਵੀ ਜਿੱਦਾਂ ਡਾਕਟਰ ਜ਼ਹਿਰ ਦਿੰਦਾ ਨਾ ਫੜਿਆ ਨਹੀਂ ਜਾ ਸਕਦਾ, ਇਹ ਇਹ ਕਾਰਜ ਸਾਹ ਤਾਂ ਫੜ ਹੋ ਜਾਣੇ ਆ, ਟਕਸਾਲੀਆਂ ਤੇ ਤਾਂ ਭਰੋਸਾ ਹੀ ਨਹੀਂ ਕਰਦੇ ਅਸੀਂ ਕਦੇ ਵੀ। ਇਹ ਤਾਂ ਜਿਹੜੇ ਕਥਾਕਾਰ ਆ ਨਾ ਆਪਣੇ ਜੀ, ਇਹ ਤਾਂ ਬੰਦੇ ਨੂੰ ਨਾ ਪਹਿਲਾਂ ਜਿੰਨੀ ਕੁ ਉਹਦੇ ਚ ਮਤਲਬ ਸਵੈ ਮਾਣ ਹੁੰਦਾ ਬੰਦੇ ਦੇ ਵਿੱਚ, ਉਹ ਪਹਿਲਾਂ ਕੱਢਦੇ ਆ ਸਾਰਾ, ਪਹਿਲਾਂ ਬੇਇੱਜ਼ਤੀ ਕਰਦੇ ਮੂਹਰੇ ਬਿਠਾ ਕੇ ਚੰਗੀ ਤਰ੍ਹਾਂ। ਜਿਵੇਂ ਅਮਰੀਕ ਸਿੰਘ ਚੰਡੀਗੜ੍ਹ ਵਾਲਾ ਹੀ ਕਹਿੰਦਾ ਸੀ ਕਿ ਬਾਂਦਰ ਬਣਨਾ ਕਿ ਗੁਰੂ ਦੇ ਪੁੱਤ ਬਣਨਾ, ਤੇ ਆਈ ਪੰਥਪ੍ਰੀਤ ਕਰਦਾ ਹੁੰਦਾ ਵੀ ਕੱਦੂ ਵਰਗੇ ਸਿਰ ਕੱਢਿਆ ਤੁਸੀਂ, ਫਲਾਨਾ ਢੈਂਕਾ ਤੁਸੀਂ, ਪਾਰਟੀਆਂ ਜੀਨਾਂ ਪਾਈ ਫਿਰਦੇ ਆ। ਉਹ ਬੰਦੇ ਨੂੰ ਲੱਗਦਾ ਯਾਰ ਆਪਾਂ ਤਾਂ ਮਤਲਬ ਨੀਚ ਹੀ ਆ, ਆਪਾਂ ਤਾਂ ਧਰਤੀ ਤੇ ਕਲੰਕੀ ਆ, ਇਹ ਬੰਦੇ ਆ ਜਿਹੜੇ ਸਟੇਜ ਤੇ ਬੈਠੇ ਆ ਇਹ ਮਤਲਬ ਗੁਰੂ ਦੇ ਖਾਸ ਆ, ਵੀ ਆਪਾਂ ਨੂੰ ਤਾਂ ਇਹਨਾਂ ਦੀ ਮਤਲਬ ਗੱਲ ਮੰਨਣੀ ਚਾਹੀਦੀ ਆ। ਉਹ ਜਦੋਂ ਨੂੰ ਉਹਨੇ ਦਾੜੀ ਖੇਸ ਰੱਖ ਕੇ ਸਿੱਖ ਬਣਨਾ ਹੁੰਦਾ ਕੱਖ ਨੀ ਰਹਿ ਜਾਂਦਾ ਉਹ ਬੰਦੇ ਚ, ਉਹਨੇ ਸਿੱਖਣਾ ਉਹਨੇ ਕੀ ਆ, ਉਹ ਤਾਂ ਮਤਲਬ ਇਹਨਾਂ ਆਪਦੇ ਸਵਾਰਥ ਇਹ ਗੁਰੂ ਦੀ ਬਾਣੀ ਵਰਤ ਕੇ ਉਹਨਾਂ ਦੇ ਦਿਮਾਗ ਚ ਭਰ ਦਿੰਦੇ ਆ, ਮੁੜ ਕੇ ਵੀ ਸਾਰੀ ਉਮਰ ਸਾਡਾ ਭਾਰ ਢੋਈ ਜਾਵੇ ਇਹ ਬੰਦਾ। ਹਾਂਜੀ ਤੇ ਫਿਰ ਉਹ ਬੰਦੇ ਮਤਲਬ ਇਹੋ ਜਿਹੇ ਬੰਦੇ ਮੁੜ ਕੇ ਆਪਦੀ ਜ਼ਿੰਦਗੀ ਦੇ ਆਪ ਫੈਸਲੇ ਕਰਨ ਜੋਗੇ ਵੀ ਨੀ ਰਹਿੰਦੇ ਵਿਚਾਰੇ, ਉਹ ਤਾਂ ਮਤਲਬ ਆਗਿਆਕਾਰੀ ਬਣੇ ਵੇ ਇਹਨਾਂ ਦੇ। ਹੁਣ ਜੇ ਦਿਮਾਗ ਦਾ ਪੱਧਰ ਦੇਖੀਏ ਇਹਨਾਂ ਦੇ ਪਰ ਥੱਲੇ ਵਾਲਿਆਂ ਦਾ ਕੀ ਵੇਖਣਾ, ਮਤਲਬ ਜਿਹੜੇ ਇਹਨਾਂ ਦੇ ਨਾਲ ਦੇ ਬੰਦੇ ਆ ਉਹ ਕੱਟਿਆਂ ਦੀਆਂ ਫੋਟੋਆਂ ਪਾਈ ਜਾਂਦੇ ਵੀ ਸਾਡੀ ਮੱਝ ਨੇ ਕੱਟਾ ਦਿੱਤਾ, ਮਤਲਬ ਇਹ ਕਿੱਡਾ ਕੌਮੀ ਮਸਲਾ, ਮਤਲਬ ਤੁਸੀਂ ਤੁਹਾਡੇ ਵਿਚਾਰ ਕਰਨ ਵਾਲੀ ਥੋੜਾ ਇਹ ਗੱਲ ਕੋਈ ਪਤਾ ਨੀ ਕਿੱਦਾਂ ਸੋਚਦੇ ਆ, ਕਿੱਦਾਂ ਜਿੱਦਾਂ ਜਸਟੀਫਾਈ ਆਪਣੇ ਆਪ ਨੂੰ ਕਿੱਦਾਂ ਕਰਦੇ ਆ, ਫਿਰ ਮੁੜ ਕੇ ਦਾਵਾ ਕਿੱਦਾਂ ਕਰਦੇ ਆ ਆਪਣੀ ਵਧੀਆ ਹੋਣ ਦਾ। ਹਾਂਜੀ ਹਾਂਜੀ ਮਤਲਬ ਇਹ ਇੱਕ ਹੋਰ ਇਹਨਾਂ ਨੇ ਗੱਲ ਕੀਤੀ ਸੀਗੀ ਵੀ ਇਹ ਨਾ ਮਤਲਬ ਜਿਹੜਾ ਹਰਨੇਕ ਹੈ ਇਹ ਪ੍ਰਚਾਰਕਾਂ ਨੂੰ ਜਿਹਨਾਂ ਨੂੰ 20 ਸਾਲ ਹੋ ਗਏ ਮਿਹਨਤ ਕਰਦਿਆਂ ਨੂੰ ਉਹਨਾਂ ਦਾ ਵਿਰੋਧ ਕਰਕੇ ਬਰਾਬਰ ਖੜਨਾ ਚਾਹੁੰਦਾ। ਮਤਲਬ ਮੈਂ ਪਹਿਲੀ ਵਾਰੀ ਇਹ ਦਲੀਲ ਸੁਣੀ ਆ ਵੀ ਜਿਹੜਾ ਬੰਦਾ ਕੰਮ ਕਰਦਾ ਨਾ 20 ਸਾਲ ਕੰਮ ਕਰਦੇ ਨੂੰ ਹੋ ਗਏ ਤੁਸੀਂ ਉਹਦਾ ਵਿਰੋਧ ਕਰਦੇ ਹੋ ਤਾਂ ਉਹਦੇ ਬਰਾਬਰ ਹੋ ਜਾਂਦੇ ਏਡੇ ਬੇਅਕਲ ਬੰਦੇ ਆ ਨਾ ਵੀ ਮਾੜਾ ਮੋਟਾ ਤਾਂ ਦਿਮਾਗ ਵਰਤ ਲਓ ਤੁਸੀਂ। ਜੇ ਉਹਨੇ ਕੱਖ ਵੀ ਨਾ ਕੀਤਾ ਹੋਇਆ ਉਹਨੇ ਦੱਸਤਾ ਵੀ ਇਹਨੇ ਕੀਤਾ ਕੁਛ ਨੀ, 20 ਸਾਲ ਇਹਨੇ ਧੱਕੇ ਹੀ ਖਾਧੇ ਆ, ਫਿਰ ਤਾਂ ਬਰਾਬਰ ਹੋਣਾ ਹੀ ਆ, ਫਿਰ ਤਾਂ ਸਹੀ ਆ ਗੱਲ। ਆਹੋ ਨਹੀਂ ਨਾਲੇ ਉਹ ਵੀ ਆਪ ਥੋੜੀ ਉੱਚਾ ਹੋ ਜਾਊਗਾ ਉਹ ਇੱਦਾਂ ਵਿਰੋਧ ਕਰਨੇ ਨਾ,
ਅਗਲੇ ਦਾ ਸੱਚ ਤਾਂ ਦੱਸ ਦੂਗਾ ਆਪ ਜੀ। ਹੁਣ ਇੱਕ ਕੀਰਤਨੀ ਆ, ਹੁਣ ਸ੍ਰੀਨਗਰ ਵਾਲਾ ਆਇਆ, ਉਹਨੂੰ 20 ਸਾਲ ਹੋ ਗਏ, ਹੁਣ ਕੋਈ ਬੰਦਾ ਕਹੇ ਵੀ ਮੈਂ ਇਹਦਾ ਵਿਰੋਧ ਕਰਕੇ ਮੈਂ ਇੱਦਾਂ ਇਹਦੇ ਬਰਾਬਰ ਖੜਦਾ, ਮਤਲਬ ਕੀਰਤਨ ਕਰਨ ਲੱਗ ਪਊਗਾ ਉਹ। ਇਹਨਾਂ ਦਾ ਮਤਲਬ ਤਾਂ ਇਹੀ ਹੈ ਨਾ, ਇਹ ਕਹਿੰਦੇ ਵੀ ਜਿਹੜੇ ਇਹ ਲਿਖਦੇ ਆ ਨਾ, ਪੋਸਟਾਂ ਲਿਖਦੇ ਆ, ਇਹਨਾਂ ਨੂੰ ਸਾਡੇ ਬਾਰੇ ਕੁਛ ਨੀ ਪਤਾ, ਇਹ ਫੇਰ ਵੀ ਵਿਰੋਧ ਕਰੀ ਜਾਂਦੇ ਆ। ਇੱਕ ਵਾਰੀ ਆ ਜਾਵੇ ਯਾਰ, ਫੋਨ ਤਾਂ ਕਰ ਲਵੇ, ਮੈਂ ਦੱਸਾਂ ਕੀ ਕੁਛ ਪਤਾ ਆ। ਹਾਂਜੀ, ਜਦੋਂ ਇਹ ਚੀਕਾਂ ਮਾਰਦੇ ਆ ਫੇਰ ਤਾਂ ਇੱਦਾਂ ਚੰਗਿਆੜਾਂ ਸੁਣਦੀਆਂ ਜਾਣੀ। ਨਹੀਂ ਮਤਲਬ ਵੈਸੇ ਵੀ ਜੇ ਅਸੀਂ ਮਤਲਬ ਲਿਖਣਾ ਹੋਵੇ, ਅਸੀਂ ਮਤਲਬ ਆਪਦੇ ਆਪ ਨੂੰ ਸਿੱਖ ਸਮਝਦੇ ਹਾਂ, ਤੇ ਸਾਨੂੰ ਪਤਾ ਹੈ ਵੀ ਜਿਹੜੀ ਵਿਚਾਰਧਾਰਾ ਨੂੰ ਅਸੀਂ ਫੋਲੋ ਕਰਦੇ ਹਾਂ, ਉਹੋ ਜਿਹਾ ਸਮਾਜ ਬਣਨ ਦੇ ਵਿੱਚ ਜਿਹੜੇ ਬੰਦੇ ਰੁਕਾਵਟ ਹੈ, ਉਹ ਆਹ ਬੰਦੇ ਆ। ਸਾਨੂੰ ਘਾਟਾਂ ਦਿਸਦੀਆਂ ਉਹਨਾਂ ਦੀਆਂ, ਅਸੀਂ ਲਿਖ ਦਿੰਦੇ ਹਾਂ ਫੇਸਬੁੱਕ ਤੇ, ਉਹਦੇ ਵਾਸਤੇ ਮਤਲਬ ਜ਼ਰੂਰੀ ਹੈ ਸਾਨੂੰ ਇਹ ਪਤਾ ਕਰਨਾ ਵੀ ਇਹ ਬੰਦਾ ਜਿਵੇਂ ਲੇਖ ਲਿਖਦੇ ਹੁੰਦੇ ਆ ਵੀ ਫਲਾਨੇ ਪਿੰਡ ਚ ਆਪ ਜੀ ਦਾ ਜਨਮ ਹੋਇਆ, ਫਿਰ ਆਪ ਜੀ ਨੇ 10ਵੀਂ ਤੱਕ ਇੱਥੇ ਪੜ੍ਹਾਈ, ਫਿਰ ਆਪ ਜੀ ਨੇ ਯੂਨੀਵਰਸਿਟੀ ਚ ਜਾ ਕੇ ਮਤਲਬ ਡਿਗਰੀ ਲਈ, ਫਿਰ 4 ਕਿਤਾਬਾਂ ਲਿਖੀਆਂ। ਉਹਦੇ ਵਾਸਤੇ ਸਾਨੂੰ ਕੀ ਲੋੜ ਆ ਉਹ ਪਤਾ ਕਰਨ ਦੀ, ਜਿਹੜੀ ਤੁਹਾਨੂੰ ਤੁਹਾਡਾ ਜਿਹੜਾ ਸਾਨੂੰ ਸਾਹਮਣੇ ਦਿਸੀ ਜਾਂਦਾ, ਜਿਹੜਾ ਤੁਸੀਂ ਕੁੱਤਪੁਣਾ ਕਰੀ ਜਾਂਦੇ ਆ, ਉਹ ਅਸੀਂ ਲਿਖ ਦਿੰਦੇ ਆ, ਤੁਹਾਡੀਆਂ ਡਿਟੇਲਾਂ ਤੋਂ ਅਸੀਂ ਕੀ ਲੈਣਾ। ਬਹੁਤ ਖਰਾਬ ਬੰਦੇ ਆ ਭਾਈ ਤੁਸੀਂ, ਬੜੇ ਤਰਕਸ਼ੀਲ ਆ ਗੱਲ। ਅਗਲੇ ਦੁਖੀ ਵੀ ਤਾਂ ਹੀ ਹੁੰਦੇ, ਉਹ ਕਹਿੰਦੇ ਵੀ ਇਹਨਾਂ ਤਾਂ ਅਸੀਂ ਵੀ ਨੀ ਸੋਚਿਆ ਹੁੰਦਾ, ਇੱਦਾਂ ਫੜਦੇ ਆ ਗੱਲ ਜਾਣੀ, ਹੈਨਾ। ਨਹੀਂ ਮਤਲਬ ਸੈਂਸ ਨੀ ਬਣਦੀ ਕੋਈ ਗੱਲ ਦੀ, ਜਿਹੜੇ ਹਿਸਾਬ ਨਾਲ ਵਿਦਵਾਨ ਕਹਾਉਂਦੇ ਆਪਦੇ ਆਪ ਨੂੰ। ਨਹੀਂ ਜੇ ਸੈਂਸ ਬਣਾਉਣੀ, ਕਿਤਾਬਾਂ ਚ ਕੀ ਪਤਾ ਕੀ ਲਿਖਿਆ ਹੋਊਗਾ ਹੁਣ, ਜੇ ਨਾ ਸੈਂਸ ਬਣਾਉਣੀ ਹੁੰਦੀ ਦੇਖ, ਇੱਥੇ ਨਾ ਰੇਡੀਓ ਦੇ ਉੱਤੇ ਕਿਸੇ ਵੀ ਬੰਦੇ ਨੂੰ ਕੋਈ ਜਾਣੀ, ਜਿਹੜੇ ਸਿੰਘ ਸਭਾ ਤੋਂ ਵੀ ਗੁੱਸੇ ਹੋ ਕੇ ਗਏ ਨਾ ਕਮੇਟੀ ਚੋਂ ਵੀ, ਕਿਸੇ ਵੀ ਬੰਦੇ ਨੂੰ ਕਿਸੇ ਗੱਲੋਂ ਕੋਈ ਦਬਾਅ ਨਹੀਂ ਸੀ, ਕੋਈ ਪ੍ਰੈਸ਼ਰ ਨਹੀਂ, ਕੋਈ ਪ੍ਰੋਬਲਮ ਨਹੀਂ ਸੀ। ਧੁੰਦਾ ਪੰਥਪ੍ਰੀ ਦੱਸ ਦੇਵੇ ਸਾਨੂੰ ਵੀ ਕਿਹੜੀ ਗੱਲੋਂ ਉਹਨਾਂ ਚ ਨੁਕਸ ਕੱਢਿਆ ਗਿਆ, ਕਿਹੜੀ ਚੀਜ਼ ਉਹਨਾਂ ਨੂੰ ਕਹੀ ਪਿਆ ਜ਼ਰੂਰ ਬੋਲਿਓ, ਕਿਹੜੀ ਕਹੀ ਆ ਨਾ ਬੋਲਿਓ। ਨਹੀਂ, ਆਪਣੇ ਸਵਾਰਥ ਸੀ ਉਹਨਾਂ ਦੇ। ਹਾਂਜੀ, ਜਿਹੜੀ ਆ ਗੱਲ ਤੁਸੀਂ ਕਹਿੰਦੇ ਆ ਨਾ, ਜੇ ਇੰਨੀ ਇਮਾਨਦਾਰੀ ਹੁੰਦੀ ਤਾਂ ਇੱਥੋਂ ਜਾਣ ਦੀ ਲੋੜ ਹੀ ਕੀ ਸੀ। ਹਾਂਜੀ, ਇੱਥੇ ਤਾਂ ਸਰਦਾਰੀ ਸੀ, ਪਚਦੀ ਨੀ ਨਾ ਕਈ ਬੰਦਿਆਂ ਦੇ ਨਾ, ਕਈ ਹੁੰਦੇ, ਕਈ ਮਤਲਬ ਕਈ ਤਾਂ ਹੁੰਦੇ ਆ ਠੀਕ ਹੁੰਦੇ ਆ, ਕਈ ਤਾਂ ਉਹਨਾਂ ਕੁੱਤਿਆਂ ਵਰਗੇ ਹੁੰਦੇ ਆ ਜਿਹੜੇ ਕਿਸੇ ਦੇ ਵੀ ਨੀ ਸਕੇ ਹੁੰਦੇ, ਹਰੇਕ ਭਾਂਡੇ ਚ ਮੂੰਹ ਮਾਰਨਾ ਹੁੰਦਾ। ਬਸ ਉਹ ਹੁਣ ਜਿਹੜਾ ਬੰਦਾ 6-7 ਸੰਸਥਾਵਾਂ ਚੋਂ ਆਪ ਜਾਣੀ ਲਾਹੋ ਪਾਹੋ ਕਰਵਾ ਕੇ ਆਇਆ ਹੋਵੇ ਤੇ ਮੁੜ ਕੇ ਇੱਥੋਂ ਬੇਕਦਰੀ ਨਾਲ ਗਿਆ ਹੋਵੇ, ਤੇ ਉਹ ਵੀ ਇਹ ਕਹੇ ਵੀ ਦੇਖੋ ਜੀ ਇਹਨਾਂ ਦੇ ਨਾਲ ਤਾਂ ਉਹ ਬੰਦੇ ਆ ਜਿਹੜੇ ਸੰਸਥਾਵਾਂ ਚੋਂ ਕੱਢਿਓ ਵੱਢਿਓ ਆ। ਅਸੀਂ ਤਾਂ ਹੁਣ ਵੀ ਅਸੀਂ ਰੇਡੀਓ, ਮੈਂ ਕਹਿੰਦਾ ਰੇਡੀਓ ਵਿਰਸਾ ਹੀ ਬੰਦ ਕਰ ਦਿੰਦੇ ਯਾਰ, ਜੇ ਕਿਸੇ ਨੂੰ ਇਹ ਲੱਗਦਾ ਨਾ ਇਹਦੇ ਕਰਕੇ ਆ ਅਸੀਂ ਬੰਦ ਕਰ ਦਿੰਦੇ, ਹੋਰ ਕਿਸੇ ਨਾਂ ਤੇ ਚਲਾ ਲਾਂਗੇ ਅਸੀਂ। ਸਵਾਲ ਕਿਉਂਕਿ ਜਿਹੜਾ ਸਾਨੂੰ ਆਪਣਾ ਨਸ਼ਾ, ਜਿਹੜਾ ਸਾਡਾ ਕੋਨਫੀਡੈਂਸ ਆ, ਉਹ ਕਿੱਦਾਂ ਖੋਲੋਗੇ ਤੁਸੀਂ? ਉਹੀ ਗੱਲ ਆ ਨਾ, ਮਤਲਬ ਜਿਹੜੀ ਗੱਲ ਹੈਗੀ ਆ ਠੀਕ ਆ, ਉਹ ਤਾਂ ਪਤਾ ਲੱਗ ਹੀ ਜਾਣੀ ਆ, ਜਿੱਥੇ ਮਰਜ਼ੀ ਬੰਦਾ ਬੈਠਾ ਜਿਹਨੂੰ ਠੀਕ ਲੱਗਦੀ ਉਹਨੇ ਜੋੜ ਹੀ ਜਾਣਾ ਨਾਲ। ਹੁਣ ਧੁੰਦਾ ਜੀ ਨੇ ਜਦੋਂ ਜਵਾਬ ਦਿੱਤਾ, ਜਦੋਂ ਧੁੰਦਾ ਜੀ ਨੇ ਜਵਾਬ ਦਿੱਤਾ ਮੈਨੂੰ ਫੋਨ ਕੀਤਾ ਸੀ, ਮੇਰੇ ਨਾਲ ਗੱਲ ਹੋਈ ਆ। ਹਾਂਜੀ, ਉਹ ਗੱਲ ਮੇਰੇ ਤਾਂ ਧੁੰਦਾ ਜੀ ਦੇ ਵਿਚਾਲੇ ਆ। ਹਾਂਜੀ, ਸਾਡੇ ਘਰ ਦੇ ਵੀ ਕੋਲ ਹੈ ਨਹੀਂ ਸੀ, ਠੀਕ ਆ। ਹਾਂਜੀ, ਹੁਣ ਉਹ ਜਿਹੜਾ ਮੇਰਾ ਕੋਨਫੀਡੈਂਸ ਆ ਵੀ ਕੀ ਗੱਲਾਂ ਕਹੀਆਂ, ਕਿੱਦਾਂ ਦੀ ਟੋਨ ਸੀ ਉਹਨਾਂ ਦੀ, ਕੀ ਕਹਿਣਾ ਚਾਹੁੰਦੇ ਸੀ, ਜਦੋਂ ਰਾਤ ਨੂੰ 4 ਘੰਟੇ ਬਾਅਦ ਦੁਬਾਰਾ ਫੋਨ ਕੀਤਾ ਉਦੋਂ ਕੀ ਕਿਹਾ, ਉਹ ਖੋਲੋਗਾ ਮੇਰੇ ਕੋਲੋਂ ਕੋਈ? ਉਹੀ ਗੱਲ ਆ ਨਾ ਵੀ ਜਿਹੜਾ ਕੋਨਫੀਡੈਂਸ ਹੈ ਉਹ ਮਤਲਬ ਤੁਹਾਡਾ ਤਾਂ ਆਪਦਾ ਕਮਾਇਆ ਹੋਇਆ, ਤੁਸੀਂ ਉਹਨਾਂ ਤੋਂ ਲੈ ਥੋੜਾ ਕੁਛ ਰਹੇ ਸੀ, ਜਾਂ ਤਾਂ ਮਤਲਬ ਤੁਹਾਨੂੰ ਇਹ ਫਿਕਰ ਹੁੰਦਾ ਵੀ ਧੁੰਦਾ ਛੱਡ ਜੂ ਤਾਂ ਅਸੀਂ ਢਹਿ ਜਾਂਗੇ, ਇਹ ਤਾਂ ਹੈ ਹੀ ਨੀ ਸੀ ਗੱਲਬਾਤ। ਤੁਸੀਂ ਕਦੇ ਮਤਲਬ ਇਹ ਕੋਸ਼ਿਸ਼ ਕੀਤੀ ਆ ਵੀ ਸਾਡੀ ਮਸ਼ਹੂਰੀ ਹੋ ਜੇ ਜਾਂ ਢੱਡਰੀਆਂ ਵਾਲੇ ਨੂੰ ਤਰੀਕੇ ਨਾਲ ਫੋਟੋ ਖਿਚਾਈਏ, ਕਿਉਂਕਿ ਲੋੜ ਨੀ ਨਾ, ਮਤਲਬ ਭਰੋਸਾ ਤੁਹਾਨੂੰ ਆਪਦੇ ਆਪ ਤੇ ਵਿਸ਼ਵਾਸ ਹੈ। ਬਿਲਕੁਲ, ਅਸੀਂ ਉਹਨਾਂ ਬਾਰੇ ਵੀ, ਢੱਡਰੀਆਂ ਵਾਲੇ ਵੀ, ਵਾਲਿਆਂ ਬਾਰੇ ਵੀ ਮੈਂ ਕਹਿੰਦਾ ਵੀ ਅਸੀਂ ਵਾਅਦਾ ਕਰ ਦਿੰਦੇ ਵੀ ਅਸੀਂ ਕਦੇ ਨਹੀਂ ਸੱਦਾਂਗੇ ਉਹਨਾਂ ਨੂੰ। ਨਹੀਂ ਮਤਲਬ ਜੇ ਇਹਨਾਂ ਨਹੀਂ, ਉਹ ਤਾਂ ਆ ਵੀ ਗੱਲ ਕਰਨ ਸਾਡੇ ਨਾਲ, ਜੇ ਇਹਨਾਂ ਨੂੰ ਲੱਗਦਾ ਵੀ ਐਸ ਗੱਲ ਕਰਕੇ ਖੜੇ ਆ ਇਹ, ਮਤਲਬ ਕੋਈ ਕਰ ਲੈਣ ਇਹ, ਜੇ ਇਹਨਾਂ ਨੂੰ ਲੱਗਦਾ ਹੋਵੇ ਵੀ ਇਹਨਾਂ ਆਪਦਾ ਨੀ ਕੀਤਾ ਇਹਨਾਂ ਨੇ, ਇਹਨਾਂ ਨੂੰ ਮਿਲਿਆ ਬਣਿਆ ਬਣਾਇਆ,
ਜਾਂ ਸਬਸਕ੍ਰਾਈਬ ਮੁੱਲ ਦੇ ਮਿਲਦੇ ਆ, ਨਹੀਂ ਲੈ ਲੈਣ ਫਿਰ ਚਲੋ ਅਸੀਂ ਇਹ ਵੀ ਕਰ ਦਿੰਦੇ ਹਾਂ ਵੀ ਜਿੰਨੇ ਵੀ ਪੈਸੇ ਲੱਗਦੇ ਹੋਣ ਉਹ ਸਪੋਂਸਰ ਕਰ ਦਿਆਂਗੇ ਅਸੀਂ। ਨਹੀਂ ਉਹ ਤਾਂ ਚਲੋ ਮੰਨ ਲਓ ਜੇ ਲੈ ਵੀ ਪੈਸਿਆਂ ਨਾਲ ਲੈ ਕੇ ਦਿਖਾ ਦੇ ਫਿਰ। ਹਾਂ ਨਹੀਂ ਜੇ ਲੈ ਲੈਣ ਮੰਨ ਲਓ ਆਪਾਂ ਜੇ ਇਹ ਸੋਚੀਏ ਵੀ ਮਿਲ ਜਾਂਦੇ ਹੋਣਗੇ, ਉਹਦੇ ਨਾਲ ਮਤਲਬ ਧੁੰਦੇ ਵਰਗਿਆਂ ਨੂੰ ਕਿਹੜਾ ਖੂਨ ਚੜਾਉਣਗੇ ਜਿਹਦੇ ਨਾਲ ਦੁਬਾਰੇ ਦਲੇਰੀ ਆ ਜੇ ਉਹਨਾਂ ਚ। ਉਹਨਾਂ ਨੂੰ ਤਾਂ ਸਟੇਜ ਤੇ ਬੋਲਣਾ ਪਊਗਾ ਨਾ, ਸਬਸਕ੍ਰਾਈਬਰ ਕੀ ਕਰਨਗੇ, ਉਹ ਤਾਂ ਉੱਥੇ ਮਤਲਬ ਪਏ ਰਹਿਣਗੇ ਨੰਬਰ। ਨਹੀਂ ਇੱਕ ਗੱਲ ਹੋ ਰਿਹਾ ਵੀ ਪੰਥਪ੍ਰੀਤ ਹੋਣੀ ਜਾਂ ਉਹਦਾ ਮੁੰਡਾ ਜਾਂ ਤੂੰ, ਇਹ ਬੰਦੇ ਇੱਦਾਂ ਇਹਨਾਂ ਨੂੰ ਸੱਚਾਈ ਨਾ ਦੱਸਦੇ ਹੋਣਗੇ ਵੀ ਆਹ ਸਾਡੇ ਕੋਨਫੀਡੈਂਸ ਦੇ ਉੱਤੇ ਆਹ ਅਸਰ ਪੈ ਗਿਆ ਆ, ਆਹ ਪ੍ਰੋਬਲਮ ਬਣੀ ਹੋ। ਹਾਂਜੀ ਉਧਰੋਂ ਗੋਲਡੀ ਦੀ ਉਧਰ ਸੁਣ ਲਈ ਸੀ, ਉਹ ਜਾਣੀ ਉਹ ਏਕਤਾ ਕਰੀ ਜਾਂਦਾ ਵੀ ਨੀ ਦਸੰਬਰ ਤੱਕ ਪੱਕੀ ਹੋ ਜਾਊ। ਜਰਮਨੀ ਥਿਉਰੀ ਨੀ ਨਾ ਸਮਝ ਆਉਂਦੀ, ਗੋਲਡੀ ਕਹਿੰਦਾ ਏਕਤਾ ਕਰਾਉਣੀ ਆ, ਇਹ ਬੰਦੇ ਵਿਰੋਧ ਕਰਨ ਲੱਗੇ ਆ ਜਰਮਨੀ ਵਾਲੇ ਦੇ ਬੰਦੇ ਸਾਰੇ। ਜਰਮਨੀ ਵਾਲੇ ਕਹੀ ਜਾਂਦੇ ਆ ਵੀ 24 ਤਰੀਕ ਨੂੰ ਪਹਿਲਾਂ ਦਵਾਨ ਆ ਧੁੰਦਾ ਜੀ ਦਾ ਉੱਥੇ। ਹਾਂਜੀ ਜਰਮਨ ਚ ਠੀਕ ਹੈ ਜੀ, ਹੁਣ 20-21 ਤਰੀਕ ਨੂੰ ਉੱਥੋਂ ਚੱਲ ਪੈਣਾ ਆ, 17 ਅੱਜ ਹੋ ਗਈ ਆ, ਪ੍ਰਭਦੀਪ ਉੱਥੇ ਮੋਗੇ ਵਾਲਿਆਂ ਨੂੰ ਲੈ ਕੇ ਫਿਰੀ ਜਾਂਦਾ। ਪਤਾ ਨੀ ਜਾਂ ਤਾਂ ਗੋਲਡੀ ਦੀ ਕਸਰ ਰਹਿ ਗਈ ਜਾਣ ਦੀ ਤਾਂ ਨਹੀਂ ਹੋ ਰਿਹਾ ਉੱਥੇ ਕੁਛ, ਗੋਲਡੀ ਕਰਕੇ ਰਹਿ ਗਿਆ ਆਪਣਾ ਗੋਲਡੀ ਜਾਂਦਾ ਫਿਰ ਤਾਂ ਹੋ ਜਾਣੀ ਸੀ। ਚਲੋ ਠੀਕ ਆ ਬਈ ਠੀਕ ਆ ਜੀ, ਬ੍ਰੇਕ ਇੱਕ ਹੋ ਰਿਹਾ ਲੈ ਲਈਏ ਤੇ ਫਿਰ ਆਪਾਂ ਕਰਦੇ ਹਾਂ ਟਕਸਾਲੀ ਬਾਰੇ ਗੱਲ। ਓਕੇ ਜੀ 0107 ਦੇ ਉੱਤੇ ਜੀ। ਸਤਿ ਸ੍ਰੀ ਅਕਾਲ ਜੀ, ਬਹੁਤ ਲੰਬਾ ਚਿਰ ਉਡੀਕ ਕੀਤੀ ਆ ਤੁਸੀਂ। ਕੋਈ ਚੱਕਰ ਨੀ ਜੀ, ਇਹ ਖਰੀਦੇ ਹੋਏ ਸਬਸਕ੍ਰਾਈਬਰ ਆ ਜੀ ਤੁਹਾਡੇ। ਮੈਂ ਤਾਂ ਜੀ ਗੱਲ ਕਰਨੀ ਆ, ਜਦੋਂ ਤੁਸੀਂ ਗੱਲ ਕਰ ਦਿੰਦੇ ਸ਼ਬਦ ਥੋੜੇ ਜਿਹੇ ਹਲਕੇ ਰੱਖਿਆ ਕਰੋ। ਅੱਛਾ ਠੀਕ ਆ ਜੀ, ਬੋਲਦਾ ਇਹਨਾਂ ਨੇ ਕੀ ਕਰਨੇ ਆ ਜੀ, ਇਹਨਾਂ ਨੂੰ ਆਪਣੀਆਂ ਸਟੇਟਮੈਂਟਾਂ ਦਿੱਤੀਆਂ ਤਾਂ ਇਹ ਨੀ ਪਤਾ ਲੱਗਦਾ ਵੀ ਅਸੀਂ ਕਿੱਥੇ ਕੀ ਸਟੇਟਮੈਂਟ ਦੇ ਦਿੱਤੀ ਆ ਤੇ ਗਾਹ ਕੀ ਦੇਣੀ ਆ। ਵਾਹੋ ਨਹੀਂ ਤਾਂ ਗੱਲ ਤਾਂ ਸਿੱਧੀ, ਗੱਲ ਤਾਂ ਬੜੀ ਸਿੱਧੀ ਜਿਹੀ ਆ। ਹਾਂਜੀ ਮੈਂ ਧੁੰਦਾ ਜੀ ਦਾ ਸੁਣਦਾ ਸਾ, ਉਹ ਕੁਦਰਤੀ ਮੈਚ ਕਰ ਗਏ ਦੋ ਵਿਰੋਧੀ ਭਾਗ ਉਹਨਾਂ ਦੇ। ਇੱਕ ਤਾਂ ਪਿੱਛੇ ਜਿਹੜਾ ਤੁਸੀਂ ਅਮੈਰੀਕਾ ਦੀ ਵੀਡੀਓ ਚਲਾਈ ਸੀ ਉਹ ਚ ਸੰਗਤ ਨੂੰ ਕਰਦੇ ਆ, ਇਹ ਸੰਗਤ ਸੁਣਨ ਆਉਂਦੀ ਆ, ਕੋਈ ਮਹਾਂ ਦੀ ਦਾਲ ਖਾਣ ਨੀ ਆਉਂਦੀ ਇੱਥੇ ਹਨਾ। ਤੇ ਇੱਕ ਇੰਡੀਆ ਦਾ ਕਲਿੱਪ ਸੁਣ ਰਿਹਾ ਸਾ ਜੀ ਮੈਂ ਇਹਨਾਂ ਦਾ, ਉਹਦੇ ਵਿੱਚ ਕਹਿੰਦੇ ਵੀ ਮੇਰਾ ਪ੍ਰੋਗਰਾਮ ਕਰਿਆ ਕਿਸੇ ਗੁਰਦੁਆਰੇ, ਸਵੇਰ ਨੂੰ ਵੀ ਕਥਾ ਸੀ ਤੇ ਸ਼ਾਮ ਨੂੰ ਵੀ ਕਥਾ ਸੀ ਉੱਥੇ। ਜਦੋਂ ਸਵੇਰ ਨੂੰ ਕਥਾ ਕਰਨ ਗਏ ਕਹਿੰਦੇ ਜੀ 5-7 ਕੁ ਬੰਦੇ ਬੈਠੇ ਮੇਰੇ ਮੂਹਰੇ, ਆਪਾਂ ਕਹਿੰਦੇ ਕਥਾ ਕੀਤੀ ਤੇ ਚਲੇ ਗਏ, ਕਹਿੰਦੇ ਵੀ ਜਿਹੜੀ ਗੁਰਦੁਆਰੇ ਦੀ ਕਮੇਟੀ ਇਹਨਾਂ ਨੇ ਦੇਖਿਆ ਏਦਾਂ ਤਾਂ ਗੱਲ ਨੀ ਬਣਨੀ ਹਨਾ। ਕਹਿੰਦੇ ਜੀ ਉਹਨਾਂ ਨੇ ਅਨਾਊਂਸ ਕਰਤਾ ਵੀ ਸ਼ਾਮ ਨੂੰ ਦੇਸੀ ਘੇ ਦੀਆਂ ਜਲੇਬੀਆਂ, ਗੁਲਾਬ ਜਾਮਣ, ਕਿਸ਼ਮਿਸ਼ ਵਾਲੀ ਖੀਰ ਵਿੱਚ ਕੇਸਰ ਪਾ ਕੇ। ਕਹਿੰਦੇ ਜਦ ਮੈਂ ਸ਼ਾਮ ਨੂੰ ਆਇਆ ਕਹਿੰਦੇ ਮੈਨੂੰ ਲੰਘਣ ਨੂੰ ਜਗ੍ਹਾ ਨਾ ਮਿਲੇ ਮੂਹਰੇ ਜਾਣ ਨੂੰ, ਨੀ ਸੰਗਤ ਕਹਿੰਦੇ ਦਲੀ ਡਿਗੇ। ਪਤੰਦਰੋ ਤੁਸੀਂ ਸਟੇਟਮੈਂਟ ਦੇਣੀ ਆ, ਇੱਕ ਥਾਂ ਕਹੀ ਜਾਂਦੇ ਆ ਵੀ ਸੰਗਤ ਦਾਲ ਖਾਣ ਨੀ ਆਉਂਦੀ, ਇੱਕ ਥਾਂ ਕਹੀ ਜਾਂਦੇ ਆ ਵੀ ਜਲੇਬੀਆਂ ਦੇਸੀਏ ਦੀਆਂ ਜਲੇਬੀਆਂ ਖਾਦਰ ਆਉਂਦੀ ਆ ਨਾ, ਵੀ ਕੀ ਤੁਹਾਡਾ ਯਕੀਨ ਕੀਤਾ ਜਾਵੇ। ਤੇ ਦੂਜੀ ਗੱਲ ਆ ਤੇ ਮੈਨੂੰ ਪੰਥਪ੍ਰੀਤ ਦੀ ਇਹਨਾਂ ਦੀ ਅਕਲ ਤੋਂ ਹਾਸਾ ਵੀ ਆਉਂਦਾ ਵੀ ਆ ਉਹ ਪੈਂਟ ਵਾਲੀ ਗੱਲ ਕਰਦੇ ਸੀ ਜੀ ਹਨਾ, ਪਤਾ ਨੀ ਉਹ ਸਾਲ ਪੁਰਾਣੀ ਆ ਕਿ 2 ਸਾਲ ਪੁਰਾਣੀ ਮੈਨੂੰ ਨੀ ਪਤਾ ਇਸ ਚੀਜ਼ ਦਾ ਹਨਾ। ਮੈਂ ਆਪਣੀ ਗੱਲ ਦੱਸਦਾ 1995 ਵਾਲੀ ਗੱਲ ਨਵੀਂ ਆ ਜੀ, ਉਹ ਤਾਂ ਰੀਸੈਂਟ ਆ, ਉਹ ਤਾਂ ਇਸੇ ਮਹੀਨੇ ਦੀ ਆ ਗੱਲ।
ਰੀਸੈਂਟਲੀ ਆ ਜੀ, ਹੁਣ ਮੈਂ ਤੁਹਾਨੂੰ ਇਹਨਾਂ ਦੀ ਹੁਣ ਦੇਖ ਲਿਓ ਅਕਲ ਕਿੰਨੀ ਆ ਇਹਨਾਂ ਦੀ, ਕਿੱਥੇ ਕੁ ਮਾਨਸਿਕਤਾ ਡਿੱਗੀ ਉਹ 1998-99 ਦੀ ਗੱਲ ਆ, ਸੇਮ ਪੈਂਟ ਮੈਂ ਲਈ ਜੀ ਇੰਡੀਆ, ਹਾਂਜੀ ਮੈਂ ਪਾ ਕੇ ਚਲੇ ਗਿਆ ਪਟਨਾ ਤੋਂ, ਕਟਾਕੀਆਂ ਜਿਹੀਆਂ ਪਾਰਟੀਆਂ ਉਹਦੀਆਂ ਦੋ, ਹਾਂਜੀ ਉਹ ਮੇਰੇ ਦਾਦੀ ਜੀ ਸੀਗੇ, ਮੈਨੂੰ ਕਹਿੰਦੇ ਉਹ ਤੈਨੂੰ ਕੱਪੜੇ ਨੀ ਲੱਭਦੇ ਵਧੀਆ ਆ ਪਾਰਟੀ ਉਹ ਪੈਂਟ ਪਾ, ਮੈਂ ਇੱਥੇ ਪੜ੍ਹਾਉਂਦਾ ਸੀਗਾ, ਮੈਨੂੰ ਕਹਿੰਦੇ ਤੂੰ ਪਾਰਟੀ ਉਹ ਪੈਂਟ ਪਾ ਕੇ ਨਿਆਣਿਆਂ ਨੂੰ ਪੜ੍ਹਾਉਣ ਚੱਲਾਂ, ਕਹਿੰਦੇ ਨਿਆਣੇ ਕੀ ਸੋਚੂਗੇ ਵੀ ਗਰੀਬ ਆ ਇਹ ਹੈ ਨਾ, ਮੈਂ ਕਿਹਾ ਨਹੀਂ ਬੀਬੀ ਇਹ ਰਿਵਾਜ ਆ ਅੱਜ ਕੱਲ, ਕਹਿੰਦੀ ਫੋਟ ਪਾਰਟੀਆਂ ਪੈਂਟਾਂ ਦੇ ਵੀ ਰਿਵਾਜ ਆ ਗਏ, ਕਹਿੰਦੀ ਅੱਗੇ ਤਾਂ ਸੀਗੇ ਵੀ ਅਸੀਂ ਟਾਕੀਆਂ ਲਾ ਕੇ, ਜਿਹੜੀ 1998-99 ਚ ਉਹਨਾਂ ਨੇ ਗੱਲ ਉੱਥੇ ਪਛਾਣ ਲਈ, 20 ਸਾਲਾਂ ਬਾਅਦ ਇਹ ਕਿੰਨਾ ਜਨਤਾ ਚ ਵਿਚਰੇ, ਇਹਨਾਂ ਨੂੰ ਪਤਾ ਹੀ ਨੀ ਵੀ ਇਹ ਪੈਂਟ ਦਾ ਰਿਵਾਜ ਚੱਲਦਾ, 19 ਸਾਲ ਪਹਿਲਾਂ ਦਾਦੀ ਜੀ ਪਛਾਣ ਰਹੇ ਆ ਉਸ ਚੀਜ਼ ਨੂੰ ਹੈ ਨਾ, ਇਹ ਉਹਨਾਂ ਤੋਂ ਕਿੰਨੇ ਜਾਂਗਿਆ 19 ਸਾਲ, ਇਹ ਕਹਿੰਦੇ 20-20 ਸਾਲ ਕਥਾ ਕੀਤੀ ਆ, 20 ਸਾਲ ਜਿਹਨਾਂ ਨੇ ਕਿਸੇ ਦੇ ਉਹ ਰਿਵਾਜ ਵਾਲੀ ਪੈਂਟ ਹੀ ਨੀ ਦੇਖੀ, ਮੈਨੂੰ ਮੈਂ ਤਾਂ ਉਹ ਨੰਦੂ ਨੇ ਆਪ ਵੀ ਪਾਈ ਹੋਣੀ ਉੱਦਾਂ ਦੀ ਕਿਤੇ ਨਾ ਕਿਤੇ ਘਰੇ ਤਾਂ। ਅਸਲ ਚ ਅਸਲ ਇਹਦੇ ਨਾਲ ਗੱਲ ਹੋਰ ਵੀ ਆ ਵੀ ਲੱਗਦਾ ਆ ਇਹਨਾਂ ਦੇ ਕੋਲ ਮੁੱਦੇ ਮੁੱਕ ਗਏ ਆ, ਗੱਲ ਅਸਲ ਚ ਆਹੀ ਆ ਭਾਜੀ, ਹੋਰ ਕੋਈ ਗੱਲ ਵੀ ਹੈ। ਹਾਂਜੀ ਹਾਂਜੀ, ਤੇ ਮੈਂ ਇੱਕ ਤੁਹਾਡਾ ਉਹ ਪੁਰਾਣਾ ਹੁਣੇ ਸੁਣਦਾ ਹਟਿਆ ਜਿਹੜਾ ਪਿਛਲਾ ਪ੍ਰੋਗਰਾਮ ਸੀਗਾ ਤੁਹਾਡਾ, ਜਿਹੜੇ ਕਹਿੰਦੇ ਆ ਵੀ ਪਹਿਲਾਂ ਦਲਗੀਰ ਤੋਂ ਤਕਲੀਫ ਹੋਈ ਇਹਨਾਂ ਨੂੰ, ਤੁਸੀਂ ਦਲਗੀਰ ਸੋਰੀ ਔਰ ਦੂਜੇ ਨੂੰ ਅਜਮੇਰ ਸਿੰਘ ਨੂੰ ਪੜ੍ਹਦੇ ਹੁੰਦੇ ਸੀ, ਹੁਣ ਕਪੂਰ ਨੂੰ ਪੜ੍ਹਦੇ ਆ, ਤਕਲੀਫ ਕਿਹਨਾਂ ਤੋਂ ਨੀ ਹੈ, ਤਕਲੀਫ ਇਹਨਾਂ ਤੋਂ ਨੀ ਹੈ, ਪੜ੍ਹਦੇ ਇਹ ਵੀ ਉਹਨਾਂ ਨੂੰ ਆ, ਤਕਲੀਫ ਇਹ ਸਿਰਫ ਤੁਹਾਡੇ ਤੋਂ ਆ। ਮੈਂ ਮੂਵੀ ਦੇਖਦਾ ਸਾ ਇੱਕ, ਉਹਦੇ ਵਿੱਚ ਬੰਦੇ ਤੇ ਕੇਸ ਹੋ ਜਾਂਦਾ ਕਿਸੇ ਤੇ ਹੈ ਨਾ, ਹਾਂਜੀ, ਹੁਣ ਗਵਾਹ ਲੈ ਜਾਂਦੇ ਆ ਉੱਥੇ, ਉਹ ਕਹਿੰਦੇ ਬਈ ਇਹ ਖੜਾ ਰੇਹੜੀ ਤੇ ਚਿਕਨ ਖਾ ਰਿਹਾ ਸੀ, ਉੱਥੇ 3-4 ਰੇਹੜੀਆਂ ਸੀ ਲੱਗੀਆਂ ਹੈ ਨਾ, ਕਹਿੰਦੇ ਚਿਕਨ ਖਾਂਦਾ ਸਾ, ਉਹ ਕਹਿੰਦਾ ਨਹੀਂ ਇਹਨੇ ਚਿਕਨ ਨੀ ਖਾਧਾ, ਉਹ ਕਹਿੰਦਾ ਫੇ ਉਹ ਦੇਖਦਾ ਕਹਿੰਦਾ ਨਾਲ ਪਾਓ ਭਾਜੀ ਦੀ ਰੇਹੜੀ ਸੀਗੀ, ਉਹ ਕਹਿੰਦਾ ਪਾਓ ਭਾਜੀ ਖਾਂਦਾ ਸੀਗਾ ਹੈਨਾ, ਕਹਿੰਦਾ ਨਹੀਂ ਇਹਨੇ ਪਾਓ ਭਾਜੀ ਵੀ ਨੀ ਖਾਧੀ, ਕਹਿੰਦਾ ਫੇਰ ਗੋਲ ਗੱਪੇ ਜਰੂਰ ਖਾਂਦਾ ਹੋਣਾ, ਨਾਲ ਗੋਲ ਗੱਪਿਆਂ ਦੀ ਰੇਹੜੀ ਸੀਗੀ, ਉਹ ਕਹਿੰਦਾ ਬਈ ਜਦੋਂ ਜੀ ਉਹ ਬਾਹਰ ਆ ਜਾਂਦੇ ਕੋਰਟ ਚ, ਉਹਨੂੰ ਕਹਿੰਦੇ ਵੀ ਤੂੰ ਝੂਠ ਕਿਉਂ ਬੋਲਿਆ, ਵੀ ਉਹਨੇ ਕੁਝ ਖਾਧਾ ਤਾਂ ਹੈ ਨੀ, ਕਹਿੰਦਾ ਮੈਨੂੰ ਨੀ ਪਤਾ, ਮੈਂ ਮੂੰਹ ਹਿੱਲਦਾ ਦੇਖ ਕੇ ਗਿਆ ਤਾਂ ਮੈਂ ਤਾਂ ਬੰਦਾ ਬਦਨਾਮ ਕਰਨਾ, ਮੈਨੂੰ ਨੀ ਪਤਾ ਉਹਨੇ ਕੀ ਖਾਧਾ, ਸੋ ਗੱਲ ਇਹਨਾਂ ਦੀ ਵੀ ਇਹੀ ਆ, ਪੜ੍ਹਦੇ ਇਹ ਵੀ ਜਰੂਰ ਹੋਣੇ ਆ ਕਪੂਰ ਨੂੰ, 100% ਗਰੰਟੀ ਆ, ਪਰ ਉਹ ਇਹਨਾਂ ਤੇ ਲੱਗ ਜਾਂਦਾ ਜਾ ਕੇ ਸਿੱਧਾ ਠਾਹ ਕਰਕੇ, ਤਾਂ ਫਿਰ ਇਹਨਾਂ ਨੂੰ ਤਕਲੀਫ ਹਰਨੇਕ ਹੋ ਜਾਂਦੀ। ਸਹੀ ਗੱਲ, ਨਾਲੇ ਬਿਲਕੁਲ ਬਿਲਕੁਲ, ਨਾਲੇ ਵੈਸੇ ਵੀ ਇਮਾਨਦਾਰੀ ਨਾਲ ਜਦੋਂ ਨਾ ਤੁਸੀਂ ਆਪਣੀਆਂ ਜਿਹੜੀਆਂ ਹੁਣ ਅਸੀਂ, ਮੈਂ ਇੱਥੇ ਔਨ ਏਅਰ ਕਹਿ ਰਿਹਾ ਵੀ ਜਿਹੜੀ ਸਾਡੀ ਗਲਤੀ ਲੱਗ ਰਹੀ ਆ ਦੱਸ ਦਿਓ ਸਾਨੂੰ, ਹਾਂ ਉਹਨੂੰ ਜਿੱਥੇ ਅਸੀਂ ਗਲਤ ਗੱਲ ਕਹਿੰਦੇ ਹਾਂ ਦਲੀਲ, ਅਸੀਂ ਤੱਥਾਂ ਤੋਂ ਗਲਤ ਗੱਲ ਕਹਿ ਦਿੱਤੀ ਆ, ਜੇ ਅਸੀਂ ਹੁਣ ਆਪੇ ਹੀ ਕਹੀ ਜਾਂਦੇ, ਕਹਿੰਦੇ ਝੂਠ ਵੀ ਕਿੰਨੇ ਕੌਨਫੀਡੈਂਸ ਨਾਲ ਬੋਲਦੇ ਆ, ਵੀ ਤੁਹਾਡੇ ਤੋਂ ਸੱਚ ਨੀ ਕੌਨਫੀਡੈਂਸ ਨਾਲ ਬੋਲ ਹੁੰਦਾ, ਤੁਸੀਂ ਸੱਚ ਬੋਲਦੇ ਹੋ ਕੌਨਫੀਡੈਂਸ ਨਾਲ, ਫਿਰ ਸੱਚ ਬੋਲਦੇ ਹੋ ਕੌਨਫੀਡੈਂਸ ਦੇ ਨਾਲ ਹੈ ਨਾ, ਬਾਕੀ ਯਾਰ ਉਹ ਦਲਗੀਰ ਦੀ ਸੁਣਦਾ ਸੀਗਾ ਮੈਂ, 50-50, 100-100 ਸਾਲ ਦੀ ਤਾਂ ਹਿਸਟਰੀ ਕੱਢ ਕੇ ਸੁਣਾਈ ਜਾਂਦਾ ਪਿਛਲੀ ਹੈ ਨਾ, ਕਾਪੀ ਪੇਸਟ ਕੀਤਾ ਤੁਹਾਡੇ ਨਾਲ ਵੀ ਐ ਹੋਣਾ, ਚਲੋ ਜੀ ਕਾਪੀ ਪੇਸਟ ਆ, ਸੋਚਣਾ ਤਾਂ ਇਹ ਚਾਹੀਦਾ ਸੀ ਨਾ, ਉੱਥੇ ਮੂੰਹ ਬੰਦ ਕਰ ਜਾਂਦਾ, ਹਿਟਲਰ ਦੀ ਹਿਸਟਰੀ ਕੱਢੀ ਜਾਂਦੇ, ਜਰਮਨ ਚ ਕੀ ਕੀਤਾ ਹਿਟਲਰ ਨੇ, ਸਾਨੂੰ ਕੀ ਮਤਲਬ ਜਰਮਨ ਚ ਹਿਟਲਰ ਦੇ ਨਾਲ ਹੈ ਨਾ, ਜੋ ਉਹਨੇ ਕੀਤਾ ਉਹ ਭੁਗਤ ਗਿਆ, ਤੁਹਾਡੇ ਸਾਹਮਣੇ ਹੋ ਰਿਹਾ ਗਲਤ ਉੱਥੇ ਨੀ ਬੋਲ ਰਹੇ ਤੁਸੀਂ, ਉਹ ਹਿਸਟਰੀ ਤਾਜ਼ੀ ਨੂੰ ਯਾਦ ਕਰੋ, ਤੁਸੀਂ 100 ਸਾਲ ਪੁਰਾਣੀ ਕੱਢ ਕੇ ਸੁਣਾਈ ਜਾਂਦੇ, ਅਸੀਂ ਕੀ ਲੈਣਾ ਉਹ ਤੋਂ, ਨਾ ਕੰਮ ਦੀ ਸਾਡੇ ਨਾਲ ਬਾਤ, ਨਾਲੇ ਮੁਸ਼ਕਲ ਇੱਕ ਹੋ ਰਿਹਾ ਭਈ ਇਹ ਬੰਦੇ ਜਿਹੜੇ ਗੱਲ ਕਰਦੇ ਆ ਨਾ, ਇਹ ਨੀ ਸੋਚਦੇ ਭਈ ਤੁਸੀਂ 15-15 ਸਾਲਾਂ ਤੋਂ ਇਹ ਗੱਲਾਂ ਕਰ ਰਹੇ ਆ, ਹਾਂਜੀ ਤੁਹਾਡੇ ਤੇ ਛਬੀਲਾਂ ਕਿਉਂ ਨੀ ਲੱਗੀਆਂ,
मतलब कबूलना तो यह चाहिए कुछ ना कुछ है जेड़ा साडे च है नहीं सी उत्थे हैगा या असल च ता यही आ जिथे सच आ छबील ता उत्थे लगनी आ सच ते झूठ ते छबील थोड़ी लगनी आ बस 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 इना नु सच बोलना नहीं आंदा गल ओही आ वे पैसे इकट्ठे करन ते होए जिन्ने कर हो जाण कर हो जाण नहीं नहीं सही गल है चलो थैंक यू जी थैंक यू असि ब्रेक ले लीए ते ब्रेक तो बाद थैंक यू जी ब्रेक तो बाद फिर करदे आ जी अगली गल टकसाली रह गया पर नहीं छड़ना नहीं आपां कर लेना थोड़ा 20 मिनट सानूं अद्धा घंटा मिले आपां कर लेनी गल आओ ब्रेक तो बाद फिर हाजिर हुंदे आ जी।